ਗੱਲ ਦਾ ਕੰਮ ਜੀ ਯੂਨੀਵਰਸਿਟੀ ਕੌਣ ਆ ਬੋਲਰ ਕਿਵੇਂ ਬੋਲ ਬਣੀ ਹੈ ਮੈਂ ਬੇਨਤੀ ਕਰਦਾ ਬਾਲਿੰਗ ਟੀਮ ਤੱਕ ਖੱਟ ਕੇ ਬੰਦਾ ਜ਼ਰੂਰ ਆ ਜਾਵੇ ਕਿਹਦਾ ਬੱਚੇ ਕਮਲ ਕਮਲ ਨੇ ਬੋਲ ਪਾਉਣੀ ਲਾਲ ਸਾਹਿਬ ਨੇ ਖੇਡ ਦੇ ਮੈਦਾਨ ਵਿੱਚ ਕਮਲ ਦੀ ਬੋਲ ਦੇਵੇ ਜੀ ਤੇ ਮਨੀਸ਼ ਨੇ ਸਾਹਮਣੇ ਕਰਨਾ ਮੇਰੇ ਵੀਰੋ ਉਸ ਕੋਲ ਖੇਡ ਮੈਦਾਨ ਵਿੱਚ ਬੜਾ ਤਕੜਾ ਮੈਚ ਹੈ ਮਨੀਸ਼ ਦੇ ਸਾਹਮਣੇ ਕਮਲ ਕਮਲ ਨੇ ਬੋਲ ਪਾਉਣੀ ਆਪਣੀ ਟੀਮ ਦੇ ਲਈ ਕਰੋ ਦੋ ਤਿੰਨ ਜਾਂ ਚਾਰ ਦੇ ਵੱਧ ਹੋ ਜਾਵੇ ਵੀਰੋ ਵਾਹ ਮਿਹਰਬਾਨਾ ਆਪਣੇ ਚਾਰ ਦੇ ਵੱਧ ਆਪਣੀ ਟੀਮ ਲਈ ਮਨੀਸ਼ ਕਰਦੇ ਮੇਰੇ ਵੀਰੋ ਇੱਕ ਵੱਡਾ ਮੈਚ ਵਰਧਮਾਨ ਦੀ ਟੀਮ ਹੈ ਜਿਹੜੀ ਖੇਡਦੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਟੀਮ ਵੀ ਸ਼ਿਮਲਾਪੁਰੀ ਦੀ ਟੀਮ ਹੈ ਵੀ ਕਹਿੰਦੇ ਨੇ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਾਲਾਂ ਪਾ ਰਹੀ ਹੈ ਇੱਕ ਤਕੜਾ ਮੈਚ ਇਹਨਾਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ ਪੰਜਾਬ ਦੀ ਧਰਤੀ ਅਸੂਰ ਵੀ ਯੋਧਾ ਬਹਾਦਰ ਦੀ ਧਰਤੀ ਇੱਥੇ ਪੈਦੀ ਸੁਤਾਰ ਦੇ ਫੇਰ ਪਿੱਛੇ ਆਏ ਤੇ ਵਿਗੜ ਦਾ ਪਤਨ ਵਾਹ ਨੌਜਵਾਨਾ ਵਾਹ ਨੌਜਵਾਨਾ ਤੇ ਉਹਨੂੰ ਚਾਲਨਾ ਕਰ ਦਿੱਤਾ ਵੀ ਹੱਥ ਪਿੱਛੇ ਤੇਰੇ ਜੇ ਹੱਥੀ ਫਿਰਦੇ ਮੱਤ ਉਂਗਲਾਂ ਤੇ ਦੁਨੀਆਂ ਨੂੰ ਚਾਹੀ ਹੋਈ ਹੈ ਵੀ ਹੱਥ ਪਿੱਛੇ ਤੇਰੇ ਜੇ ਹੱਥੀ ਫਿਰਦੇ ਮੱਤ ਉਂਗਲਾਂ ਤੇ ਦੁਨੀਆਂ ਨੂੰ ਚਾਹੀ ਹੋਈ ਹੈ ਤੇ ਕਬੱਡੀ ਵਿਗੜ ਦਾ ਪਤਨ ਤੇ ਫਿਰ ਮੈਦਾਨ ਵਿੱਚ ਖਿਡਾਰੀ ਦਾ ਵਾਪਸ ਮੁੜ ਦੱਸਿਆ ਅਭੀ ਅਗਲਾ ਬੱਲੇਬਾਜ਼ ਜ਼ਰੂਰ ਹੋਈ ਜਲਦੀ ਨਾ ਆਵੇ ਇੱਕ ਖੇਡ ਮੈਦਾਨ ਤੇ ਵੱਡੀ ਵਿਗੜ ਦਾ ਪਤਨ ਜਿਹੜਾ ਫਿਰ ਮੈਦਾਨ ਹੋ ਚੁੱਕਿਆ ਤੇ ਸਬਰ ਸ਼ੁਕਰ ਤੇ ਟੋਲੀ ਦਾ ਤੂੰ ਸ਼ੇਰ ਪੰਜਾਬ ਦੀਆਂ ਘਰ ਘਰ ਪਹੁੰਚੂ ਮੈਂ ਕੋ ਤੇਰੀ ਫੁੱਲ ਗੁਲਾਬ ਦਿਆਂ ਮਿੱਟੀ ਮੱਥੇ ਨੂੰ ਚੁੱਕ ਮਤ ਲੋਕੀ ਲਾ ਲੈਣਗੇ ਤੇਰੇ ਰਾਹਾਂ ਦੀ ਕਿ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਮਾ ਜੀ ਕਿ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਮਾ ਜੀ ਸੁਖੇੜ ਦੇ ਮੈਦਾਨ ਵਿੱਚ ਕਬੱਡੀ ਵਿਗੜ ਦਾ ਪਤਨ ਤੇ ਆਹ ਬੜੀ ਸ਼ਮੋੜ ਦਿੱਤਾ ਲਾਲ ਸਾਹਮਣੇ ਕਹਿੰਦੇ ਮੁੰਡਾ ਆਹ ਲੋਹਿਤ ਆ ਗਿਆ ਮੁੰਡਾ ਕਹਿੰਦੇ ਤੂੰ ਸ਼ਿਮਲਾਪੁਰੀ ਪਰ ਆਹ ਮੁੰਡਾ ਕਹਿੰਦੇ ਸਾਹਮਣੇ ਵਰਧਮਾਨ ਦੀ ਤਰਫੇ ਲਾ ਵਿੱਚ ਸਾਹਮਣੇ ਕਰਦੀ ਪਿਆਰ ਦੱਸ ਪਿਆਰ ਹੈ ਮੈਂ ਵੀ ਨੌਜਵਾਨ ਸਾਹਮਣੇ ਕਹਿੰਦੇ ਕਮਲ ਨੇ ਬੋਲੋ ਕਰੋ ਉਹ ਕਮਲ ਦੀ ਬਾਲ ਆਪਣੀ ਤਾਂ ਲਵੀ ਮੇਰੇ ਸਾਹਮਣੇ ਕਰਨਾ ਲੋਹੀ ਮੇਰੇ ਸਾਹਮਣੇ ਕਰਨਾ ਲੋਹੀ ਇਹਨੂੰ ਤੁਸੀਂ ਲੋਹੀ ਵੀ ਕਹਿੰਦੀ ਹੈ ਮੁੰਡਾ ਪੂਰੀ ਚਿੱਤ ਪਰਦੀ ਲੋਹੀ ਆ ਮੇਰੇ ਵੀ ਅੱਜ ਖੇਡ ਦੇ ਮੈਦਾਨ ਵਿੱਚ ਮੇਰੇ ਸਾਹਮਣਾ ਕਰਨ ਲਈ ਤਿਆਰ ਵਰਤਿਆ ਰਾ ਲਵੀ ਕਮਲ ਨੌਜਵਾਨ ਖੇਤੋਂ ਪਿਆਰੀ ਛੋਟੀ ਉਮਰ ਦਾ ਖਿਡਾਰੀ ਹੈ ਵੀ ਚਰਚੇ ਖੇਡ ਮੈਦਾਨਾਂ ਵਿੱਚ ਮੁੰਡੇ ਹੁੰਦੇ ਆ ਇਸ ਵੇਲੇ ਪੈਂਦੀ ਬਾਲ ਦੇ ਮੁੰਡੇ ਸਾਹਮਣੇ ਕਰਨਾ ਵਾਹ ਵਾਹ ਨੌਜਵਾਨ ਇੱਕ ਸੋਹਣੀ ਬਾਲ ਜਿਹੜੀ ਇਸ ਵੇਲੇ ਮੁੰਡੇ ਨੇ ਪਾ ਦਿੱਤੀ ਹੈ ਔਰ ਸਾਹਮਣੇ ਕਹਿੰਦੇ ਲੋਹੀ ਦਾ ਮੇਰੇ ਵੀ ਕਿਤੇ ਸਾਹਮਣਾ ਕਰਨਾ ਵਰਧਮਾਨ ਦੀ ਧਰਤੀ ਦਾ ਔਰ ਕਹਿੰਦੇ ਚੰਡੀਗੜ੍ਹ ਰੋਡ ਦੇ ਵਿੱਚ ਨਗਰ ਦੇ ਸਾਹਮਣੇ ਕਹਿੰਦੇ ਮੁੰਡਾ ਖੇਡ ਮੈਦਾਨਾਂ ਵਿੱਚ ਅੱਜ ਸਾਹਮਣੇ ਕਰਨ ਲਈ ਪਿਆਰ ਗੁਰ ਪਿਆਰ ਇੱਕ ਵੱਡੀ ਟੀਮ ਬਣਾ ਕੇ ਪਹੁੰਚਿਆ ਔਰ ਖੇਡ ਦੇ ਮੈਦਾਨ ਵਿੱਚ ਇਸ ਵੇਲੇ ਪੈਂਦੀ ਹੋਈ ਬਾਲ ਤੇ ਆਹ ਸਾਹਮਣੇ ਲੋਹਿਤ 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 ਸਾਹਮਣਾ ਕਰ ਰਹੇ ਤੇ ਇੱਕ ਤੇ ਦੂਜੇ ਦੀ ਮੰਗ ਕੀਤੀ ਆ ਵੀ ਇੱਕ ਰਨ ਬੜੀ ਸਾਡੀ ਦੇ ਨਾਲ ਦੂਜੇ ਦੀ ਭੱਠ ਤੇ ਜਿਹੜਾ ਮੁੰਡੇ ਨੇ ਜ਼ੋਰ ਦਿੱਤਾ ਹੈ ਔਰ ਦੋ ਰਨ ਜਿਹੜੇ ਜ਼ਰੂਰ ਤੇ ਯਕੀਨਨ ਤੌਰ ਤੇ ਹੋਰ ਵੀ ਨੌਜਵਾਨ ਵੀ ਅੱਜ ਖੇਡ ਦੇ ਮੈਦਾਨ ਵਿੱਚ ਦੋ ਰਨਾਂ ਦੇ ਵਾਧੇ ਹੋ ਗਏ ਨੌਜਵਾਨ ਅੱਜ ਨੂਰਬਲ ਦਾ ਖੇਡ ਗਰਾਊਂਡ ਹੈ ਵੀ ਜਿੱਥੇ ਵੱਡੀਆਂ ਰੌਣਕਾਂ ਲੱਗੀਆਂ ਔਰ ਪੰਜਾਬ ਦੀ ਧਰਤੀ ਲੁਧਿਆਣੇ ਵੀ ਕਹਿੰਦੇ ਮਾਣ ਮੱਤਾ ਮੇਰੇ ਨੂਰਬਲ ਤੇ ਜਿੱਥੇ ਕਹਿੰਦੇ ਅੱਜ ਰੋਇਲ ਪਹੁੰਚ ਕੇ ਇੰਸਟੀਚਿਊਟ ਆਫ ਇੰਟਰਸਿਟੀ ਕ੍ਰਿਕਟ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਚੌਥਾ ਕ੍ਰਿਕਟ ਟੂਰਨਾਮੈਂਟ ਹੈ ਔਰ ਕਹਿੰਦੇ ਜਿਹੜਾ ਕਰਾਇਆ ਜਾ ਰਿਹਾ ਅਨੀਸ਼ ਮਲਿਕ ਵੀ ਤੇ ਨਾਲ ਸਾਡੇ ਵੀ ਰਾਜ ਮਲਿਕ ਜੀ ਤੇ ਮੈਡਮ ਪ੍ਰੀਤੀ ਵੀ ਕਹਿੰਦੇ ਇੱਕ ਵਧੀਆ ਟੀਮਾਂ ਬਣਾ ਕੇ ਦੇਖੋ ਜੀ ਮੁਬਾਰਕਬਾਦ ਹੈ ਪ੍ਰਬੰਧਕ ਕਮੇਟੀ ਤੇ ਜਿਨ੍ਹਾਂ ਨੇ ਮੀਤ ਮਲਿਕ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਕੱਪ ਕਰਵਾ ਦਿੱਤਾ ਤੇ ਮਰਗਾਂ ਦੇ ਪਿੱਛੋਂ ਲੋਕੀ ਪਾਉਂਦੇ ਕਹਾਣੀਆਂ ਵੀ ਮਾਨਾ ਮਰ ਜਾਣਾ ਤੇ ਪਿੱਛੇ ਯਾਦਾਂ ਰਹਿ ਜਾਣੀਆਂ ਵੀ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਸੋ ਯਾਦਾਂ ਨੂੰ ਤਾਜ਼ਾ ਕੀਤੇ ਜਾ ਰਿਹਾ ਪੈਦੀ ਬਾਲ ਤੇ ਖੇਡ ਮੈਦਾਨ ਵਿੱਚ ਮੁੰਡੇ ਨੇ ਟਰਾਈ ਕੀਤੀ ਹੈ ਇਸ ਵੇਲੇ ਬਾਲ ਨੂੰ ਹੈ ਤੇ ਅੰਪਰ ਦੇ ਇਸ਼ਾਰੇ ਜਿਹੜੇ ਰੱਡ ਬਾਈ ਦੱਸੀ ਕਿੰਨੇ ਹੈ ਪਿੱਛੇ ਦੋ ਵਾਰ ਤੇ ਦੋ ਵਾਰ ਤੇ ਕਿੰਨੇ ਚਾਰ ਹੈ ਜੀ ਛੇ ਆ ਦੱਸਦੀਓ ਕਿੰਨੇ ਆਉਣਾ ਹੈ ਭਾਜੀ ਉੱਧਰ ਆਪਾਂ ਪੈਰ ਸਾਹਿਬ ਤੋਂ ਪੁੱਛੇ ਤੇਰੇ ਵੀ ਚਾਰ ਹੈ ਕਿ ਛੇ ਆ ਜਿਹੜੇ ਉੱਧਰ ਬਾਹਰ ਗਏ ਚੌਕਾ ਦੀ ਚੌਕਾ ਪੰਜ ਰਨ ਜਿਹੜੇ ਬਿਨਾਂ ਮਾਰ ਤੋਂ ਤੁਰ ਗਏ ਆ ਪੰਜ ਰਨ ਜਿਹੜੇ ਬਿਨਾਂ ਮਾਰ ਤੋਂ ਅੰਪਾਇਰ ਦੇ ਇਸ਼ਾਰੇ ਕਰ ਰਿਹਾ ਹੈ ਵੀ ਜਿਵੇਂ ਸ਼ਕਤੀਮਾਨ ਉੱਪਰ ਨੂੰ ਸਾਨੂੰ ਹੋ ਸਕਦਾ ਹੈ ਆ ਇਹਨੇ ਉੱਪਰ ਵੀ ਇਸ਼ਾਰੇ ਕੀਤੇ ਆ ਵੀ ਦੋ ਬਾਲ ਤੇ ਫਰੀ ਹੈਂਡ ਦੇ ਇਸ਼ਾਰੇ ਦਿੱਤੇ ਆ ਵੀ ਦੋ ਬਾਲ ਬਾਲਰ ਨਹੀਂ ਮਾਰਾ ਟਾਈਮ ਹੁੰਦਾ ਬਾਕੀ ਹੁਣ ਅਭਿਲਾਸ਼ ਨੇ ਪੁਰਤੇ ਲੋਹਿਤ ਦੱਸੂ ਵੀ ਕਿੰਨਾ ਕਿਆ ਹੁੰਦਾ ਲੈ ਵੀ ਲੋਹਿਤ ਮੈਂ ਹੋਰ ਕੁਛ ਨਾ ਆਇਆ ਲੈ ਵੀ ਇਹ ਲੋਹਿਤ ਚੰਗਾ ਮਾਰਦਾ ਅਜੀ ਤੇ ਕਹਿੰਦਾ ਵੀ 500 ਰੁਪਏ ਅੰਦਰ ਦੀ 200 ਰੁਪਏ 200 ਰੁਪਏ ਦੇ ਦੇਣਗੇ 200 ਰੁਪਏ ਅਜੀ ਤੇ ਬਾਈ ਜੀ ਕਹਿੰਦੇ ਦੇ ਦਾਂਗੇ ਜੀ ਜੀ ਕਿੰਨਾ ਮਾਰਦਾ ਨਾ ਹਾਂਜੀ ਤੇ ਕਹਿੰਦੇ ਬਾਈ ਕਹਿੰਦੇ ਆ ਵੀ 200 ਰੁਪਏ ਦੇਣਗੇ ਪੈਂਦੀ ਬਾਲ ਤੇ ਮੁੰਡੇ ਚਾਰ ਰਨ ਆਪਣੀ ਟੀਮ ਲਈ ਜੋੜ ਦਿੱਤੇ ਆ ਵਾਹ ਅੱਜ ਉਹਨੇ ਸਾਰੀ ਟੀਮ ਉਹਦੇ ਲਾ ਲਈ ਹੈ ਅੱਜ ਉਹਨੇ ਸਾਰੀ ਟੀਮ ਉਹਦੇ ਦੱਸੀ ਦੀ ਬਾਲ ਕਿੰਨੀ ਵਾਰੀ ਹੈ ਦੋ ਦਿਨ ਆਪਾਂ 12 ਕਢਾ ਦਿੰਦੇ ਆ
ਖੜੇ ਕਰਦੇ ਆ ਕਦਾ ਕੈਂਡਲ ਤੁਸੀਂ ਆ ਬੋਲਿੰਗ ਤੁਸੀਂ ਕਰਦੇ ਆ ਮਾਰ ਕੇ ਦੱਸੇ ਬਾਈ ਕਿੰਨੇ ਰਨ ਆ ਵੀ ਕਿੱਥੇ ਗਏ ਛੁੱਟੇ ਹਾਂ ਤੋ ਛੋੜਾ ਹਲੇ ਨਹੀਂ ਹਲੇ ਹੋਣਾ ਬਟੋਰ ਇੱਕ ਓਵਰ ਦੀ ਸਮਾਪਤੀ 15 ਹੋ ਗਿਆ ਬਾਈ ਜੀ 15 ਇੱਕ ਓਵਰ ਦੀ ਸਮਾਪਤੀ ਤੇ ਰਨ ਜਿਹੜੇ 15 ਹੋ ਗਏ ਮਿੱਤਰ ਔਰ ਇੱਕ ਵੱਡਾ ਹੋ ਗਿਆ ਜਿਹੜਾ ਹੋ ਗਿਆ ਉਸ ਦਾ ਖੇਡ ਦਾ ਮੈਦਾਨ ਵਿੱਚ ਭਾਵੇਂ ਕਮਲ ਇੱਕ ਵੱਡੇ ਵਿਕਟ ਮੋੜ ਦਿੱਤੇ ਪਰ 15 ਰਨ ਇੱਕ ਹੋਰ ਵਿੱਚ ਆ ਗਏ ਔਰ ਕਿਤੇ ਪਿਛਲਾ ਮੈਚ ਬੜਾ ਤਗੜਾ ਖੇਡਿਆ ਜਾ ਵੀ ਕਾਕੋ ਬਾੜੀਏ ਬੁੱਲੇ ਦੇ 12 ਬੋਲਾਂ ਦੇ ਵਿੱਚ ਮੈਚ ਇੱਕ ਖਤਮ ਕਰ ਦਿੱਤਾ ਭਾਵੇਂ ਰਨ 70 ਬਣੇ ਸੀ ਪਰ ਮੁੰਡੇ ਨੇ 17 ਬੋਲਾਂ ਦੇ ਪੂਰੇ ਕਰ ਦਿੱਤਾ ਤੇ ਨੂਰਮਾਨ ਵਾਲੀ ਸ਼ੈਲੀ ਨੇ ਵੀ ਇੱਕ ਵੱਖਰਾ ਜਿਹਾ ਰਿਕਾਰਡ ਬਣਾਇਆ ਵੀ 45 ਰਨ ਜਿਹੜੇ ਇੱਕ ਓਵਰ ਦੇ ਵਿੱਚ ਜੋੜੇ ਆ ਨਾ ਫਿਰ ਦੁਨੀਆ ਨੂੰ ਨਚਾਇਆ ਮੇਰੇ ਸਿਰਫ ਵੱਡੀ ਜਿਹੜੀ ਮਾਰ ਦਵਾ ਦਾ ਟੀਮ ਕਾਕੋ ਵਾੜੀਏ ਬੁੱਲੇ ਦੇ ਰਿਟਾਇਰ ਆ ਪ੍ਰੀਤੀ ਮਨ ਦੀ ਟੀਮ ਉਹ ਅਗਲੇ ਰਾਊਂਡ ਵਿੱਚ ਪਹੁੰਚ ਚੁੱਕੇ ਲਾਓ ਸਾਹਮਣੇ ਕਿਤੇ ਖੇਡ ਦੇ ਮੈਦਾਨ ਵਿੱਚ ਮੁੰਡਾ ਮਾਰ ਗਏ ਅਭੀ ਹੋਈ ਨਹੀਂ ਦੂਰੋਂ ਜੋੜ ਸਰਦਾ ਅਨਿਸ਼ਮਨ ਅਨਿਸ਼ ਸਰਦਾ ਨਹੀਂ ਆਇਆ ਸੁਮੀਲ ਆ ਗਿਆ ਮੇਰੇ ਕੋਲ ਸਾਹਮਣੇ ਤੇ ਹਰਕੀਰਤ ਨੇ ਬਾਲ ਮਾਰੀ ਆ ਸਿੱਖ ਸਰਦਾਰ ਗੁਰੂ ਦਾ ਖਾਲਸਾ ਮੁੰਡਾ ਐਨ ਕਿਤੇ ਸਾਹਮਣੇ ਬੋਲਾ ਪਾਉਣ ਲਈ ਹਰਕੀਰਤ ਤਿਆਰ ਪਰ ਤਿਆਰ ਤੇ ਸੁਨੀਲ ਨੇ ਸਾਹਮਣਾ ਕਰਨਾ ਇੱਕ ਪਾਸੇ ਟੱਕਰ ਪੂਰੀ ਸਿਰੇ ਦੀ ਆ ਕਿ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੂ ਕੋਲੇ ਜਮਾਨਾ ਕੱਪ ਉਹਨੂੰ ਚੁੱਕ ਕੇ ਜਿਨ੍ਹਾਂ ਦੇ ਦੌੜੇ ਆ ਗੁੱਟਾਂ ਦੇ ਪੱਟਾਂ ਦੇ ਵਿੱਚ ਜਾਂਦਾ ਵੀ ਕੱਪ ਉਹਨੂੰ ਉੱਥੇ ਪੜ ਗਏ ਜਿਨ੍ਹਾਂ ਦੇ ਦੌੜੇ ਆ ਗੁੱਟਾਂ ਦੇ ਪੱਟਾਂ ਦੇ ਵਿੱਚ ਜਾਂਦਾ ਇੱਕ ਕਿਤੇ ਵੱਡੀ ਜਿਹੜੀ ਟੱਕਰ ਹੈ ਪਰ ਖੇਡ ਦੇ ਮੈਦਾਨ 'ਚ ਹਰਜੀਤ ਬੁੱਢੇ ਬੋਲਾ ਔਰ ਸਾਡਾ ਵੀਰ ਜਸ਼ਨ ਆ ਕਹਿੰਦੇ ਨੂਰ ਵਾਲਾ ਵਾਲਾ ਔਰ ਕਹਿੰਦੇ ਭਰਾ ਸਾਡਾ ਬੜੀ ਜ਼ਿੰਦਗੀ ਦਾ ਮਾਣ ਹੈ ਪਿਛਲੇ ਦਿਨ ਦੇ ਨਾ ਕਹਿੰਦੇ ਸਾਨੂੰ ਤਿੰਨ ਵਜੇ ਜਾਈਏ ਕੱਪ ਖੇਡਿਆ ਜਾਣਾ ਉੱਥੇ ਪਰ ਜਸ਼ਨ ਭਾਈ ਉਹਨਾਂ ਨੇ ਦੁਨੀਆ ਦੇ ਜਾਈਏ ਉੱਥੇ ਕਹਿੰਦੇ 60 ਦੂਜਾ ਨੰਬਰ ਪਾਇਆ ਤੇ ਵੱਡੀ ਜਿਹੜੀ ਐਨ ਟੀਮ ਨੇ ਚਿੱਤ ਪ੍ਰਾਪਤ ਕੀਤੀ ਆ ਐਨ ਕਹਿੰਦੇ ਆਉਂਦੇ ਫਰਵਰੀ ਮਹੀਨੇ ਵਿੱਚ ਵੀ ਭਰਾਵਾਂ ਨੇ ਜਿਹੜਾ ਅੰਦਰ ਦਾ ਵੱਡਾ ਕੱਪ ਇਸੇ ਗਰਾਊਂਡ ਵਿੱਚ ਕਰਾਉਣਾ ਤੇ ਪਹਿਲੀ ਬਾਲ ਤੇ ਸਾਹਮਣੇ ਬੰਨੇ ਤੋਂ ਲਾਉਂਦਾ 4 ਰਨ ਕਿਤੇ ਜੋੜ ਦਿੱਤੇ ਦਸ ਬੰਦਾ ਵੀ 4 ਰਨ ਆਹ ਮੁੰਡਾ ਫਨੀਲ ਜੋੜਾ ਨਜ਼ਰ ਆ ਰਿਹਾ ਵੀ ਪੱਖਦਿਆਂ ਨੂੰ ਇੱਕੋ ਜਿਹੇ ਬਾਹ ਮਿੱਤਰੋ ਅੱਜ ਟੱਕਰੇ ਨੇ ਹਾਰੀਆਂ ਨੂੰ ਹਾਰ ਮਿੱਤਰੋ ਰਾਜਾ ਖੇਲਾ ਗੱਲ ਵਿਖੇ ਲੱਖ ਲੱਖ ਦੀ ਧੁੱਪ ਪੈ ਗਈ ਰਾਇਲ ਅਕੈਡਮੀ ਦੇ ਵੱਡੇ ਕੱਪ ਦੀ ਰਾਇਲ ਅਕੈਡਮੀ ਦੇ ਵੱਡੇ ਕੱਪ ਦੀ ਅੱਜ ਕਦੇ ਵੱਡੀ ਜਿਹੜੀ ਧੁੱਪ ਪਈ ਹੈ ਔਰ ਕਦੇ ਨੂਰ ਬੋਲ ਦੀ ਧਰਤੀ ਤੇ ਵੱਡੀਆਂ ਰੌਣਕਾਂ ਲੱਗੇ ਖੇਡ ਮੈਦਾਨਾਂ ਵਿੱਚ ਐਨ ਕਦੇ ਸਾਹਮਣੇ ਖੇਡ ਮੈਦਾਨਾਂ ਵਿੱਚ ਉਹ ਸਾਹਮਣੇ ਸੂਰਮੇ ਖੇਡਦੇ ਨਜ਼ਰ ਆ ਰਿਹਾ ਪਹਿਲੀ ਪਾਸ ਹਰਕੀਰ ਦੀ ਤੇ ਸਾਹਮਣੇ ਸੁਨੀਲ ਨੇ ਸਾਹਮਣਾ ਕਰਨਾ ਉਹਨੇ ਫੀਲਡ ਸੈੱਟ ਕਰਦੀ ਆ ਪਰ ਆ ਲਿਖ ਕੇ ਕੱਲੂ ਧਰਮ ਕੋਟ ਆ ਗਿਆ ਦੇ ਵਿੱਚ ਪਰ ਇਹਨੇ ਸੋਹਣੀ ਟਰਾਈ ਕੀਤੀ ਆ ਪਰ ਸਾਹਮਣੇ ਵੀ ਸਿੱਖ ਸਰਦਾਰ ਗੁਰੂ ਦਾ ਖਾਲਸਾ ਕਿ ਕੌਮਾਂ ਪਿੱਛੇ ਕੁਰਬਾਨੀਆਂ ਹੁੰਦੀਆਂ ਨੇ ਜਿਸ ਕੌਮ ਦੇ ਮਰਦ ਦਲੇਰ ਹੁੰਦੇ ਟੀਮਾਂ ਉਸ ਬੇਰੀ ਨੂੰ ਬਚਦੀਆਂ ਨੇ ਜਿਸ ਬੇਰੀ ਦੇ ਪਿੱਛੇ ਦੇ ਦੋਸਤ ਹੁੰਦੇ ਸ਼ੇਰ ਦਾ ਪੁੱਤ ਹੁੰਦਾ ਹੀ ਪਜਾਇਆ ਲਾਈਕ ਗੁਰਦੁਆਰਾ ਦੇ ਬੜੇ ਦੋਸਤ ਹੁੰਦੇ ਕੌਣ ਕਿਸਮਾਂ ਕੰਮ ਵੀ ਬੰਦ ਪਿੱਛੇ ਆ ਵਿੱਚ ਸ਼ੇਰ ਹੁੰਦੇ ਤੇ ਬੰਦ ਪਿੱਛੇ ਆ ਵਿੱਚ ਸ਼ੇਰ ਹੁੰਦੇ ਨਜ਼ਰ ਆ ਰਿਹਾ ਜੇ ਇੱਕ ਸਾਡੇ ਕਿਸਾਨ ਵੀਰ ਵੀ ਦਿੱਲੀ ਧਰਤੀ ਤੇ ਬੈਠੇ ਆ ਇਸ ਵੇਲੇ ਪੈਦੀ ਬੋਲ ਬਾਹ ਸਰਦਾਰਾ ਭਾਈ ਤਾੜੀ ਮਾਰ ਦੇ ਫਕੀਰ ਦੇ ਨਾਂ ਦੇ ਇੱਕ ਵਾਰੀ ਯਾਰ ਵਾਹ ਓਏ ਨੌਜਵਾਨਾ ਵਾਹ ਓਏ ਨੌਜਵਾਨਾ ਐਨ ਸਰਦਾਰ ਨੇ ਕਮਾਲ ਕਰ ਦਿੱਤੀ ਆ ਵੀ ਸਾਡਾ ਨਾਮ ਜਾਂ ਵੀ ਚੁੰਮੇ ਪੈਰਾਂ ਤੇ ਜਿਹੜੀ ਕੌਮ ਨੂੰ ਮਰਦਾ ਚੱਲ ਪਜੇ ਅੱਜ ਨੂੰ ਪਊਗਾ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈਜੇ ਭਾਵੇਂ ਕੱਲ੍ਹ ਪੈਜੇ ਵੀ ਭਾਵੇਂ ਅੱਜ ਪੈਜੇ ਭਾਵੇਂ ਕੱਲ੍ਹ ਪੈਜੇ ਇੱਕ ਥੋੜੀ ਬਾਲ ਪਰ ਕੀਪਰ ਨੂੰ ਸਮਝ ਨਹੀਂ ਲੱਗੀ ਵੀ ਗੱਲ ਕੀ ਬਣ ਗਈ ਮੈਨੂੰ ਗੱਲ ਦੀ ਸਮਝ ਨਹੀਂ ਆਈ ਚਾਰ ਦੇ ਮੁੱਕੇ ਵੀ ਚਾਰ ਦੇ ਮੁੱਕੇ ਆ ਚਾਰ ਰਨ ਹੋ ਗਿਆ ਵੀ ਉਹ 20 ਓਵਰ ਹੋ ਗਿਆ ਜਾਂ ਨਹੀਂ ਸਮਾਪਤੀ ਜੀ ਇੱਕ ਬਾਲ ਬਾਕੀ ਲੱਗਵਾਈ ਦੇ ਚਾਰ ਜੁੜੇ ਪਿੱਛੇ ਚਾਰ ਅੱਗੇ ਲੱਗਵਾਈ ਜੁੜੇ ਲਿਆ ਵੀ ਕੀਪਰਾ ਤਕੜਾ ਖੜਾ ਨੌਜਵਾਨ ਤਕੜਾ ਖੜਾ ਉਹਨੇ ਛੋਟੀਆਂ ਬੋਲਾਂ ਪਾ ਦਿੱਤੀਆਂ ਬਾਕੀ ਗੱਲ ਤੇਰੇ ਤੇ ਮੁੱਕਦੀ ਆ ਬਾਕੀ ਗੱਲ ਫਿਲਡਰਾਂ ਤੇ ਮੁੱਕਦੀ ਆ ਇਸ ਵੇਲੇ ਸਾਹਮਣੇ ਪੈਂਦੀ ਸੀ ਬਾਲ ਤੇ ਸੁਨੀਲ ਸਾਹਮਣੇ ਹੋ ਗਿਆ ਬਾਹ ਨੌਜਵਾਨਾਂ ਓਵਰ ਦੀ ਸਮਾਪਤੀ ਤੇ ਬਾਈ ਜੀ ਦੱਸਾਂਗੇ ਮੈਨੂੰ ਨਾ 15 ਰਨ ਪਏ ਹੋਗੇ ਬਾਈ ਹਾਂਜੀ ਕਿੰਨੇ ਹੋ ਗਏ ਬਾਈ ਜੀ 23 ਰਨਾਂ ਦੀ 2 ਓਵਰਾਂ ਦੀ ਸਮਾਪਤੀ ਤੇ 2 ਓਵਰਾਂ ਦੀ ਸਮਾਪਤੀ ਤੇ 23 ਸਕੋਰ ਆ ਉੱਧਰ ਸਾਡਾ ਵੀਰ ਆ ਗਿਆ ਸੂਰੀ ਆ ਪਾਣੀ ਦੀ ਸੇਵਾ ਕਰ ਰਿਹਾ ਪਾਣੀ ਦੀ ਸੇਵਾ ਕੱਲੇ ਪਲੇਅਰ ਦੇ ਮੂਹਰੇ ਟੂਟੀ ਜਿਹੜੀ ਲਾ ਦਿੱਤੀ ਆ ਪਾਣੀ ਪਿਲਾਉਣ ਦੀ ਸੇਵਾ ਕਰਦੇ ਆ
ਕਦੇ ਜੀਵਨ ਭਰਦੇ ਬਾਰੇ ਗੱਲਾਂ ਹੁੰਦੀਆਂ, ਕਦੇ ਬਾਬਾ ਮਸੀਤਾਂ ਬਾਰੇ ਗੱਲਾਂ ਹੁੰਦੀਆਂ, ਕਦੇ ਛੋਟੀ ਨਾਤੀ ਦੀ ਗੱਲਾਂ ਹੁੰਦੀਆਂ, ਕਦੇ ਬੁਲਾਰੇ ਦੇ ਕੈਚਰ ਦੀ ਗੱਲਾਂ ਹੁੰਦੀਆਂ। ਪਰ ਆਹ ਮੁੰਡਾ ਜਿਆਸ ਵੀ ਹੈ ਜਿਹੜਾ ਬਿਆਲੀ ਖੁਰਦ ਵਾਲਾ ਇਸ ਵੇਲੇ ਖਿਡਾਰੀਆਂ ਨੂੰ ਪਾਣੀ ਪਾਉਣ ਦੀ ਜਿਹੜੇ ਦੁਨੀਆਂ ਨੇ ਕਿਹਾ ਲੋਹੀ ਤੇ ਮਾੜਾ ਹੋ ਗਿਆ। ਲੋਹੀ ਤੋਂ ਅੱਜ ਕੰਮ ਕਰਨਾ ਬੜਾ ਮਿੱਤਰਾ, ਪੈਂਦੀ ਪਾ ਤੇ ਲੋਹੀ ਦੇ ਹੱਥ ਖੋਲਿਆ, ਉਹਦੇ ਪਿੱਛੇ ਪ੍ਰੋਗਰਾਮ ਮੌਜੂਦ ਆ। ਹਾਏ ਸਰਦਾਰਾ, ਹਾਏ ਸਰਦਾਰਾ, ਹਾਏ ਸਰਦਾਰਾ, ਸ਼ਰਤਾ ਕੈਦ, ਸ਼ਰਤਾ ਕੈਦ। ਮਹਿੰਗਾ ਬੜਾ ਪੈਣਾ, ਗੱਲ ਨੋਟ ਰੱਖੀ, ਬੜਾ ਮਹਿੰਗਾ ਪੈਣਾ। ਕੈਦ ਦੇ ਕੈਦ ਤੇ ਫਰਦਾ ਬੜਾ, ਕਿਉਂਕਿ ਪਕੜੋ ਕੈਦ ਜਿੱਤੋ ਮੈਚ। ਜੇ ਸੁਨੀਲ ਬਾਉਂਡਰੀ ਮਾਰਦਾ 200 ਰੁਪਇਆ ਅਨਿਕੇਤ ਭਾਜੀ ਕਹਿੰਦੇ ਅਸੀਂ ਦੇਵਾਂਗੇ। ਅਨਿਕੇਤ ਭਾਜੀ ਕਹਿੰਦੇ ਜੇ ਸੁਨੀਲ ਬਾਉਂਡਰੀ ਮਾਰਦਾ ਤਾਂ 200 ਰੁਪਏ ਦੀ ਪੂਰੀ ਹੈ ਵੀ 200 ਰੁਪਏ ਦੀ ਬਾਉਂਡਰੀ ਪੂਰੀ ਹੈ। ਆਓ ਸਾਹਮਣੇ ਖੇਡ ਦੇ ਮੈਦਾਨ ਚ ਬਾਲ ਜਿਹੜੀ ਡਾਊਨ ਹੈ, ਇੱਕ ਸੋਹਣੀ ਬਾਲ ਜਿਹੜੀ ਮੁੰਡਾ ਮੰਗਣੀ ਛੋਟੀ ਉਮਰ ਦਾ ਖਿਡਾਰੀ ਤੇ ਛੋਟੀ ਉਮਰ ਵਾਲਾ ਯਾਰ ਅੱਟ ਕਰੀ ਜਾਂਦਾ ਹੈ, ਆਪਣੇ ਸਰੀਰ ਨਾਲ ਦੁੱਧ ਕਰੀ ਜਾਂਦਾ ਹੈ ਵੀ ਆਪਣੇ ਸਰੀਰ ਨਾਲ ਦੁੱਧ ਕਰੀ ਜਾਂਦਾ ਹੈ। ਛੋਟੀ ਉਮਰ ਦਾ ਖਿਡਾਰੀ ਆ, ਮਧੀ ਨਾਮ ਆ ਮੁੰਡਿਆ ਤੇ ਸਾਹਮਣੇ ਮੁੰਡਾ ਕਹਿੰਦੇ ਬੋਲਾਂ ਪਾ ਰਿਹਾ। ਅੱਜ ਕਹਿੰਦੇ ਸਾਹਮਣੇ ਮੁੰਡਾ ਨਿਊ ਸ਼ਿਮਲਾਪੁਰੀ ਦੇ ਧਰਤੀ ਹੈ, ਜਿੱਥੇ ਕਹਿੰਦੇ ਨੇ ਮੁੰਡਾ ਚੱਲ ਗਿਆ ਹੈ ਸਾਹਮਣੇ ਵਰਧਮਾਨ ਦੀ ਧਰਤੀ ਹੈ। ਔਰ ਕਹਿੰਦੇ ਬਾਲਾਂ ਪੈਂਦੀਆਂ ਹੋਈਆਂ ਤੇ ਮੁੰਡਾ ਕਹਿੰਦੇ ਸਾਹਮਣੇ ਪਾਈ ਕਰਦਾ, ਇਸ ਵੇਲੇ ਕਹਿੰਦੇ ਕੀਤੀ ਹੋਈ ਪਲਾਈ ਤੇ ਕਰੰਟ ਕਿਤੇ ਜ਼ਰੂਰ ਉਹ ਛੋੜਦਾ ਨਜ਼ਰ ਆ ਰਿਹਾ ਵੀ ਇੱਕ ਤੋਂ ਇੱਕ ਦੋ ਦੀ ਹੁੰਦੇ ਤੇ ਇੱਕ ਤੋਂ ਇੱਕ 11 ਦੀ ਤੇ ਨਫਲ ਮਾਰੀ ਹੁੰਦੀ ਆ ਮਿੱਤਰ ਅੱਗੇ ਕਿਹੜੇ ਹੋਈ 11 ਦੀ ਫਰਕੀ ਚੰਗਾ ਹੁੰਦਾ ਨੀ ਪਿਓ ਜੋ ਹੁੰਦਾ ਧੀਆਂ ਦਾ ਬਹੁਤਾ ਚਿਰ ਨੀ ਪਾਲਦਾ ਕਹਿੰਦੇ ਆਪਣੇ ਧੀਆਂ ਦਾ ਕਿ ਕਸੀ ਦਾ ਨੀ ਰੱਖ ਕੇ ਵਡੇਰੇ ਉੱਤੇ ਮੱਝਾਂ ਵੀ ਜੱਟ ਮੇਰੇ ਬੰਦੇ ਨਾਲ ਪਾਸੋਂ ਕੀਤਾ ਚੰਗਾ ਵੀ ਪਹਿਲਾਂ ਕਿੰਨੀਆਂ ਬਾਕੀ ਆ ਜੀ ਤਿੰਨ ਬਾਕੀਆਂ ਹੋ ਗਈਆਂ ਤੇ ਇੱਕ ਬਾਕੀ ਹੈ ਹਾਰੀ ਮੈਂ ਸੁਣਿਆ ਮੇਲੇ ਚੋਂ ਵਿਛੜ ਕੇ ਕਈ ਰੁੱਖਾਂ ਤੇ ਹਾਰੀ ਤੇ ਦਰਦ ਵਿਛੋੜੇ ਦੇ ਸਭ ਤੋਂ ਹੋਰ ਵੀ ਜਾਣੇ ਝੇਲੇ। ਮੈਂ ਸੁਣਿਆ ਪਿਛੜ ਗਿਆ ਦੋ ਹੁੰਦੇ ਰੱਬ ਸਬਬ ਹੀ ਮੇਲੇ ਇੱਥੇ 4 ਰਨਾਂ ਦੇ ਵਾਧੇ ਹੋ ਗਏ ਵੀ ਬੇਸ ਬੀਲ ਕਰਕੇ 4 ਹੋ ਗਿਆ ਉਹਦੀ ਨਿਸ਼ਚਿਤ ਹੋਣ ਕੇ 4 ਹੋ ਗਿਆ। ਇਸ ਵੇਲੇ ਪੈਂਦੀ ਬਾਲ ਤੇ ਬੋਲਾਂ ਵੀ ਸਾਰੀਆਂ ਪਤੰਦਰਾਂ ਦੀ ਗੋਲੀ ਹੋਣੀਆਂ, ਪਤਾ ਨੀ ਕਿਹੜਾ ਚੁੱਪ ਦਿਲਾ ਰੱਖਿਆ ਬੋਲਾਂ ਵੀ ਸਾਰੀਆਂ ਇਹਦੀ ਗੋਲੀ ਹੋਣੀਆਂ। ਉਹਨਾਂ ਨੂੰ ਵੀ ਕਹਿੰਦੇ ਪਤਾ ਲੱਗਾ ਵੀ ਆਹ ਨੀ ਫਿਰਦਾ, ਇਹਦੇ ਵੱਲ ਨੂੰ ਮਾਰੋ, ਇਹਦੇ ਵੱਲ ਨੂੰ ਮਾਰੋ। ਔਰ 2 ਰਨ ਜਿਹੜੇ ਜੁੜਦੇ ਨਜ਼ਰ ਆ ਰਹੇ, ਮੈਂ ਵੀ ਓਵਰ ਦੱਸੀ ਪਈ ਹੋ ਗਿਆ ਤੇ ਇੱਕ ਬਾਕੀ ਹੈ ਸੋਬਰ ਦੀ ਤੇ ਮੁੰਡਾ ਕਹਿੰਦੇ ਮਧੀ ਗੱਲ ਪਾਵੇਗਾ। ਮੈਂ ਵੀ ਨੌਜਵਾਨ ਤਾਂ ਸਾਰਿਆਂ ਨੂੰ ਸਾਥ ਦੇਣਾ ਪੈਣਾ, ਇਹਦਾ ਸਾਥ ਸਾਰਿਆਂ ਨੂੰ ਦੇਣਾ ਪੈਣਾ, ਇਕੱਲੇ ਬਾਲਰ ਦੀ ਕੁਝ ਨਹੀਂ ਕਰਨਾ, ਇਕੱਲੇ ਬਾਲਰ ਦੀ ਕੁਝ ਨਹੀਂ ਕਰਨਾ। ਪਰ ਉਹਨੇ ਖਾਤੀ ਮਾਰ ਦਿੱਤੀ, ਉਹਨੇ ਵਿਗੜ ਕੇ ਖਾਤੀ ਮਾਰ ਦਿੱਤੀ ਆ ਵੱਡੀ ਵਿਗੜ ਕੇ। ਕਹਿੰਦੇ ਨੇ ਓਵਰ ਦੀ ਸਮਾਪਤੀ ਭਲਾ ਫਿਰ 31 ਹੋ ਗਈ, 31 ਤਿੰਨ ਓਵਰ ਦੀ ਸਮਾਪਤੀ 31 ਹੋ ਗਿਆ, 3 ਓਵਰ ਦੀ ਸਮਾਪਤੀ 31 ਹੋ ਗਈ। ਲਓ ਜੀ 3 ਓਵਰ ਦੀ ਸਮਾਪਤੀ 31 ਰਨ ਹੋ ਗਿਆ। ਭਾਈ ਇਕੱਠ ਨਾ ਕਰੀ ਜਲਦੀ ਨਾਲ, ਅਗਲਾ ਬੈਟਸ ਬਣਾਵੇ, ਅਗਲਾ ਬੈਟਸ ਬਣਾ ਕੇ ਬਣਾਓ। ਅਨੰਦ ਸਰ ਨੇ ਐਲਾਨ ਕੀਤਾ ਵੀ ਜੇ ਕੋਈ ਵਿਗੜ ਕਹਿੰਦੇ ਗਾ ਤਾਂ 200 ਦਾ ਸੀ 100 ਸਰ ਦੇ। ਅਨੰਦ ਬਾਈ ਜੀ ਕਹਿੰਦੇ ਆ ਵੀ ਜੇ ਵਿਗੜ ਨਿਕਲੇ ਵੀ 100 ਦੇ ਮਾਰ ਦਿੱਤੇ ਜਾਣੇ ਆ, 100 ਦੇ ਮਾਰ ਦਿੱਤੇ ਜਾਣੇ ਆ। ਹਾਂਜੀ 100 ਰੁਪਏ ਦੀ ਟਿਕਟ ਹੋਣੀ ਆ ਨੌਜਵਾਨ, ਮੈਨੂੰ ਲੱਗਦਾ ਕਮਲ ਨੇ ਫਿਰ ਹੋਰ ਮਾਰਾ, ਕਮਲ ਪਾਵੇਗਾ ਜਾਂ ਹਰਜੀਤ ਦਾ ਪਾਵੇਗਾ, ਇਹ ਗੱਲ ਸਾਡੇ ਤੋਂ ਹੋਣੀ ਹੈ। ਅਭੀ ਜਲਦੀ ਦਾ ਬੋਲਾਂ ਪਵਾ ਦੀਏ ਭਰਾ, ਜਲਦੀ ਦਾ ਬੋਲਾਂ ਪਵਾ। ਸਾਡੇ ਕੋਲ ਜਾਡੀ ਕੋ ਪਲੇਅਰ ਹੈ ਨਹੀਂ ਕਿ ਸਿੱਟਦਾ ਲੱਸੀ ਪੀ ਸਨੀ ਦਾ ਤਾਂ ਹਾਂ ਕੋਈ ਜੀ ਵਧੀਆ ਹੈਗਾ ਖੇਡ ਦੇ ਲੈ ਆ ਹੈਗਾ ਖੇਡ ਤੱਕ ਮੈਂ ਲਾ ਜਾਂਦਾ ਉਹ ਵੀ ਫੇਲੇ ਨੇ ਕਿਦਈ ਹੈ ਆਂਦਾ ਯਾਰ ਬਣਾ ਉਹ ਵਾਲਾ ਕ੍ਰਿਕਟ ਗਰਾਉਂਡ ਲਾ ਪ੍ਰਤੀਬ ਕਦੇ ਬੋਲ ਬੜੀਆ ਸਾਹਮਣੇ ਜਿਹੜੇ ਸਰਦਾਰ ਬੰਦਾ ਤੇ ਸੁਨੀਲ ਨੇ ਸਾਹਮਣੇ ਕਹਿੰਦਾ ਹਰਦੀਪ ਤੇ ਸਾਰੇ ਜੀ ਦੇ ਫੋਟੋ ਹੋ ਰਹੇ ਆ ਮਿੱਤਰਾ। ਜੇ ਡੰਡਾ ਪੱਟੇ ਆ ਮਿੱਤਰਾ 100 ਰੁਪਏ ਦੀ ਟਿਕਟ ਹੋਣੀ ਆ, ਬੋਲ ਤੇ ਵਿਗੜ ਗਰਾਉਂਡੀਆਂ ਵਿਗੜ ਗਰਾਉਂਡੀਆਂ ਤਾਂ ਨਾ ਕਿਤੇ ਤੇਰਾ ਸਮਾਨ ਜਿਹੜਾ 100 ਰੁਪਏ ਦਾ ਕਿਤੇ ਹੋਣਾ। ਤੇ ਥੋੜੇ ਬਾਅਦ ਜਿਹੜੀ 2 ਹੈ 2 ਬਾਲਾਂ ਦੇ ਵਿਭਾਗੀ ਰੰਗ ਫਰੀ ਇੱਕ ਦੇ ਸ਼ਾਰੇ ਤੇਰਾ ਬੁੱਲੇ ਕਰਦੇ ਪਏ ਆ।
ਅਵਤਾਰਾ ਦੇ ਇਸ਼ਾਰੇ ਦੇ ਫਰੀਡ ਨੂੰ ਮੈਂ ਬੈਸਾ ਕਰ ਦਿੱਤਾ ਗਿਆ ਤੇ ਹਰਦੀਪ ਦੀ ਬਾਲ ਹਰਦੀਪ ਨੇ ਖੇਚਾ ਪਿਆਰੀ ਮੁੰਡਿਆ ਪਿਆਰੀ ਖੇਚਾ ਬਾਲ ਮੈਂ 31 ਰਨ ਸੀ ਤੇ ਨੋਵਰ ਦੀ ਸਮਾਪਤੀ ਦੇ ਪਰ ਉਸ ਵੇਲੇ ਕਿਤੇ ਗੋਲ ਮੁੰਡਾ ਪਿਆਰ ਬਸ ਪਿਆਰ ਆ ਫਰੀਡ ਦਾ ਇੱਕ ਰਨ ਦੇ ਵਾਧੇ ਜਿਹੜੀ ਯਕੀਨ ਤੌਰ ਤੇ ਫਿਰ ਤੇ ਦੂਜੇ ਦੀ ਪ੍ਰਾਈਮ ਮੁੰਡਾ ਮਿਲ ਗਿਆ ਪਰ ਇੱਕ ਰਨ ਦੇ ਬਾਹਰ ਉਹ ਜਿਹੜੀ ਸੰਤੁਸ਼ਟੀ ਦੇ ਤੁੱਕ ਵੀ ਇੱਕ ਰਨ ਦੇ ਵਾਧੇ ਸ਼ਿਮਲਾਪੁਰੀ ਤੋਂ ਔਰਤ ਨੇ ਸਪਲੇ ਜਿਹੜੀ ਆਪਣੀ ਟੀਮ ਦੀ ਜ਼ਿੰਮੇਵਾਰੀ ਦੀ ਕਿਹੜੀ ਨਿਭਾ ਰਿਹਾ ਔਰਤ ਨੇ ਬਾਲਕ ਦੀ ਸੇਵਾ ਵੀ ਨਿਭਾ ਰਿਹਾ ਉਸ ਵੇਲੇ ਪਹਿਲਾਂ ਪਾਉਣ ਦੀ ਪਿਆਰ ਪਰ ਪਿਆਰ
ਅਨੰਦ ਜੀ ਨੇ ਆਪ ਟਰਾਈ ਕੀਤੀ ਹੈ ਉਹ ਕਹਿੰਦਾ ਬਾਕੀਆਂ ਦੇ ਨਾਲ ਆਪਾਂ ਦੇਖ ਲਿਆ ਹੁਣ ਇਸ ਵਾਰੀ ਆਪ ਨੂੰ ਹਥਿਆਰ ਚੱਕਣੇ ਪੈਣੇ ਆ ਹਥਿਆਰ ਇਸ ਵਾਰੀ ਆਪ ਦੇ ਉੱਤੇ ਬਣਿਆ ਕਿਉਂਕਿ ਆਪ ਮਰੇ ਬਿਨਾਂ ਸੁਰਗਾਂ ਨੂੰ ਕੋਈ ਨਹੀਂ ਜਾਂਦਾ ਇਹ ਗੱਲ ਪੱਕੀ ਆ ਹੁਣ 35 ਫੁੱਟ ਦਾਲ ਤੇ ਬੰਦਾ ਤਾੜੀ ਮਾਰ ਦਿਓ ਅਨੰਦ ਸਾਹਿਬ ਨੇ ਕਬੱਡੀ ਵੀ ਦਰਦਾ ਮੱਥਾ ਕਰ ਦਿੱਤਾ ਦੂਜੇ ਨੂੰ ਮੋੜ ਦਿੱਤਾ
ਕਿਨ ਵਾਪਸ ਤੋੜ ਦਿੱਤਾ ਤਾਂ ਕਹਿੰਦਾ ਸਾਰਾ ਕੰਮ ਮੇਰੇ ਤੇ ਖੜਾ ਬਿੱਟਾ ਸਾਰਾ ਕੰਮ ਮੇਰੇ ਤੇ ਖੜਾ ਕਿ ਸਾਰਾ ਕੰਮ ਮੇਰੇ ਤੇ ਖੜਾ ਜ਼ਿੰਮੇਵਾਰੀ ਵੱਡੀ ਲਈ ਆ ਬਿੱਟਾ ਜ਼ਿੰਮੇਵਾਰੀ ਵੱਡੀ ਲਈ ਆ ਇਹ ਨਭਾਉਣੀ ਵੀ ਪੈਣੀ ਆ ਜਿਵੇਂ ਟਾਕੋ ਵਾਲੀ ਨੇ ਨਭਾਈ ਇਹਦਾ ਜਿਵੇਂ ਅੱਜ ਟਾਕੋ ਵਾਲੀ ਨੇ ਨਭਾਈ ਇਹਨੂੰ ਬਿੱਟਾ ਨਭਾਉਣੀ ਪੈਣੀ ਆ ਵੀ ਰੰਨ ਸੱਠ ਆ ਸੱਠ ਰੰਨ ਕਿੱਦਾਂ ਬਣਦਾ ਗੱਲ ਸਮੇਂ ਦੀ ਆ ਗੱਲ ਸਾਰੀ ਸਮੇਂ ਦੀ ਆ ਮੈਂ ਤੈਨੂੰ ਦੱਸਿਆ ਸਮਾਂ ਬੜਾ ਭਾਰੀ ਆ ਪੈਂਦੀ ਪਾਲ ਤੇ ਮੁੰਡਾ ਟਰਾਈ ਕਰਦਾ ਤੇ ਤੇਰਾ ਜਿਹੜਾ ਜ਼ਰੂਰ ਇਹ ਚੁੜਦਾ ਨਜ਼ਰ ਆ ਜਾਓ ਜੋ ਇੱਕ ਰੰਗ ਦਾ ਮੁੰਡਾ ਆਪਣੀ ਟੀਮ ਲਈ ਇਹ ਭੱਜ ਕੇ ਤੋੜ ਦਿੱਤਾ ਵੀ ਇੱਕ ਰੰਗ ਦੇ ਨਾਲ ਮੁੰਡੇ ਆਪਣੀ ਟੀਮ ਲਈ ਜਿਹੜੇ ਵਾਅਦੇ ਕਰ ਦਿੱਤੇ ਆਹ ਮੁੰਡਾ ਮੇਰੀ ਛੋਟੀ ਉਮਰ ਦਾ ਖਰਾਬ ਮੰਨੀ ਹੈਗਾ ਮਦੀ ਛੋਟੀ ਉਮਰ ਦਾ ਖਿਡਾਰੀ ਕਹਿੰਦੇ ਸਾਹਮਣਾ ਕਰ ਲਈ ਤਿਆਰ ਬਰ ਤਿਆਰ ਆਹ ਮੁੰਡਾ ਕਹਿੰਦੇ ਪੈਂਦੀ ਮੇਰੀ ਪੈਂਦੀ ਮਾਲ ਤੇ ਸਾਹਮਣੇ ਖਿਡਾਰੀ ਪਿੱਛੇ ਖਿਡਾਰੀ ਪਿੱਛੇ ਪੈਂਦਾ ਔਰ ਇੱਕ ਤੋਂ ਦੋ ਦੀ ਮੰਗ ਪਰ ਇੱਕ ਰੰਗ ਦੇ ਨਾਲ ਜਿਹੜੇ ਵੱਧ ਹੋਣੇ ਕਿਤੇ ਇੱਕ ਤੇ ਦੋ ਰੁਕਣਾ ਪਵੇ ਇੱਕ ਤੇ ਰੁਕਣਾ ਪਵੇ ਨੌਜਵਾਨ ਇੱਕ ਰੰਗ ਜਿਹੜਾ ਉਹ ਚੁੜ ਚੁੱਕੇ ਨੌਜਵਾਨ ਸਾਹਮਣੇ ਖੇਡ ਦੇ ਮੈਦਾਨ ਵਿੱਚ ਮੈਨੂੰ ਲੱਗਾ ਇੱਕ ਬਾਲ ਬਾਕੀ ਰਹਿ ਗਈ ਮਤਲਬ ਇੱਕ ਬਾਲ ਬਾਕੀ ਫੇਰ ਦੀ ਭੱਟੀ ਨੇ ਪਾਉਣੀ ਆ ਭੱਟੀ ਨੇ ਤੇ ਸੋਹਣੀਆਂ ਬਾਲਾਂ ਪਾ ਦਿੱਤਾ ਭੱਟੀ ਖਿੱਚ ਕੇ ਪਾ ਦਿਆ ਨੌਜਵਾਨ ਪੈਂਦੀ ਬਾਲ ਦੇ ਸਾਹਮਣੇ ਸੋਹਣੇ ਉਸ ਦੇ ਸੋਹਣੀ ਚੱਲ ਚੁੱਕੇ ਬੰਨੇ ਕੋਸ਼ਿਸ਼ ਸੋਹਣੀ ਕੀਤੀ ਆ ਵੀ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਮਿਹਨਤ ਦੇ ਬਿਨਾਂ ਜਦੋਂ ਹਾਰ ਨਹੀਂ ਹੁੰਦੀ ਮਿਹਨਤ ਦੇ ਬਿਨਾਂ ਜਦੋਂ ਤਾਂ ਸ਼ੇਰ ਆਉਂਦਾ ਜੀ ਇੱਕ ਓਵਰ ਇੱਕ ਓਵਰ ਸ਼ੇਰ ਆਉਂਦਾ ਵੀ ਬਾਕੀ ਮਿਹਨਤ ਤਾਂ ਕਰਨੀ ਪੈਂਦੀ ਤਾਂ ਪੱਸਿਆ ਕਰਨੀ ਪੈਂਦੀ ਘਾਲਣਾ ਘਾਲਣੀ ਪੈਂਦੀ ਆ ਫਿਰ ਜਾ ਕੇ ਖੇਡ ਗਰਾਉਂਡਾਂ ਵਿੱਚ ਜਿਹੜਾ ਨਾਮ ਹੁੰਦਾ ਫਿਰ ਜਾ ਕੇ ਨਾਮ ਜਿਹੜਾ ਹਾਸਿਲ ਹੁੰਦਾ ਕਿਉਂਕਿ ਕਿਸਮਤ ਪਾਉਣਾ ਪੇਟਾ ਦੇਖੇ ਅੱਗ ਦੇ ਤਾਂ ਜਾ ਕੇ ਕਰਦੇ ਹੁੰਦੇ ਨੇ ਯਾਰ ਵਿੱਚ ਜੱਗ ਦੇ ਵੀ ਰੱਗ ਦੇਖਿਆ ਨਹੀਂ ਜਾਂਦਾ ਇੱਥੇ ਗੋਰਾ ਯਾਰ ਤੇ ਕਾਲਾ ਨਾਮ ਜੱਗ ਤੇ ਬਣਾਉਣਾ ਨਹੀਂ ਸਿਖਾਲਾ ਵੀ ਗੱਲਾਂ ਸੱਟ ਲਿਖਦਾ ਲੋਕੋ ਪਿੰਡ ਵਾਲਾ ਵੀ ਨਾਮ ਜੱਗ ਤੇ ਬਣਾਉਣਾ ਨਹੀਂ ਸਿਖਾਲਾ ਮੇਰੇ ਵੀਰੋ ਵੀ ਨਾਮ ਜੱਗ ਤੇ ਸ਼ੇਰ ਆ ਨਾ ਬਾਈ ਜੀ ਇੱਕ ਉੱਪਰ ਦੀ ਸਮਾਪਤੀ ਲਓ ਜੀ ਇੱਕ ਵੱਖਰਾ ਜਿਹਾ ਸਨਮਾਨ ਦਾ ਅਨਿਕੇਤ ਭਾਜੀ ਵੱਲੋਂ ਕਿਤੇ ਇਹਦੇ ਚ ਬੈਟਸਮੈਨ ਕਹਿੰਦਾ ਇਹ ਬੋਲਡ ਹੁੰਦਾ ਨਾ ਬੈਟਸਮੈਨ ਨੂੰ 200 ਦੇ ਦੇਣਾ ਜਿਹੜੇ ਬੈਟਸਮੈਨ ਬੋਲਡ ਹੁੰਦਾ ਇੱਕ ਵੱਖਰਾ ਜਿਹਾ ਸਨਮਾਨ ਜਿਹੜਾ ਅਨਿਕੇਤ ਭਾਜੀ ਨੇ ਇੱਕ ਸਕੀਮ ਲਾ ਦਿੱਤੀ ਆ ਵੀ ਜਿੰਨੇ ਬੈਟਸਮੈਨ ਜਿਹੜਾ ਅਜੇ ਬੈਟਸਮੈਨ ਆਊਟ ਹੁੰਦਾ ਨਾ 200 ਰੁਪਏ ਬੈਟਸਮੈਨ ਨੂੰ ਪੰਨੂ ਦੇਵਾਂਗੇ ਭਾਵੇਂ ਕਹਿੰਦਾ ਪਾਲੀ ਦੀ ਟੀਮ ਇੱਥੇ ਹੋ ਗਿਆ ਪਰ ਦੂਜੀ ਟੀਮ ਦੇ ਲਈ ਕਿਤੇ ਪੈਸੇ ਆ ਰਹੇ ਇਹ ਗੱਲ ਬੱਕੀ ਆ ਇਹ ਇੱਕ ਰਾਜਨੀਤੀ ਆ ਇਹ ਇੱਕ ਕਹਿੰਦੇ ਔਰ ਪੋਲੀਟਿਕਸ ਗੇਮ ਆ ਔਰ ਗੇਮ ਜਿਹੜੀ ਪੋਲੀਟਿਕਸ ਕਰੋ ਜਿਹੜੀ ਅਨਿਕੇਤ ਭਾਜੀ ਦੇ ਕਹਿੰਦੇ ਐਲਾਨ ਕਰਦੇ ਕਿ ਪਾਲੀ ਬੈਟਸਮੈਨ ਅੱਜ ਆਊਟ ਹੁੰਦਾ ਨਾ 200 ਰੁਪਏ ਬੈਟਸਮੈਨ ਤੁਖਾਰ ਦੇ ਭਰਾ ਕਹਿੰਦਾ ਮਨੀ ਦੇ ਛਿੱਟੇ ਪੀ ਦਿੰਦੇ ਤਾਂ ਮਿੱਤਰਾਂ ਪੀ ਕੇ ਦਿੱਤੀ ਤੇ 200 ਆ ਛਿੱਟੇ ਤੇ 200 ਛਿੱਟੇ ਦੇ ਛਿੱਟੇ ਤੇ 100 ਅਨੰਦ ਸਰ ਬੋਲੋ ਹਾਂਜੀ ਨੌਜਵਾਨ ਇਸ ਵਾਰ ਲੋਹਿਤ ਦੀ ਬਾਲ ਉੱਗੀ ਮਦੀ ਮੈਂ ਵੀ ਨੌਜਵਾਨ ਤਿਆਰੀ ਖੇਚਾ ਫ੍ਰੀ ਇੱਕ ਜਿਹੜੀ ਬਾਕੀ ਆ ਫ੍ਰੀ ਇੱਕ ਯਾਰੀਆਂ ਫ੍ਰੀ ਇੱਕ ਯਾਰੀਆਂ ਬਾਕੀ ਬਾਲ ਤੇ ਮੁੰਡੇ ਕਿਤੇ ਟਰਾਈ ਕਰਦਾ ਹੈ ਇਸ ਵਾਰ ਨਾਮ ਜਿਹੜੇ ਮੁੰਡੇ ਨੇ ਰੋਕ ਦਿੱਤੇ ਬਾਕੀ ਸੋਹਣੀ ਬਾਲ ਲੋਹਿਤ ਨੇ ਪਾ ਦਿੱਤੀ ਆ ਵੀ ਪੈਂਦੀਆਂ ਨੇ ਪਾਲਾ ਜਾ ਕੇ ਚੜ ਚੜ ਕੇ ਦੀਖਦਾ ਜਮਾਨਾ ਸਾਰਾ ਖੜ ਖੜ ਕੇ ਕੌਣ ਕਿੰਨੇ ਪਾਣੀ ਵਿੱਚ ਪੱਟਾ ਜਾਣਾ ਰੱਬ ਦੀ ਖੇਡ ਦੇ ਮੈਦਾਨ ਵਿੱਚ ਭਾਈ ਕੱਢਣ ਦੇ ਉੱਠਦੇ ਪੈਂਦੀ ਬਾਲ ਤੇ ਮੁੰਡਾ ਕਿਤੇ ਟਰਾਈ ਕਰਦਾ ਸੋਹਣੇ ਪਰ ਉਹ ਦਿਖਦੇ ਬਾਲ ਫੇਰ ਤੋਂ ਬਾਲ ਫੇਰ ਦਿਖਾਈ ਦੇ ਵਾਧੂ ਰਨ ਤੇ ਵਾਧੂ ਰਨ ਜਿਹੜੇ ਜੁੜਦੇ ਨੇ ਵਾਧੂ ਬਾਲ ਦੀ ਜੁੜਦੇ ਬਾਲ ਦੁਬਾਰਾ ਕਰਨੀ ਪਵੇਗੀ ਬਾਲ ਜਿਹੜੀ ਦੁਬਾਰਾ ਕਰਨੀ ਪਵੇਗੀ ਮੈਂ ਮਿੱਤਰਾ ਸਾਹਿਬਾ ਮੇਰਾ ਭੱਜ ਪੰਜਾ ਦੀ ਸਿੱਖ ਚ ਬਾਜੋ ਪੰਜਾ ਮੇਰੀ ਸਿੱਖ ਚ ਬਾਜੋ ਜਿੱਦਾਂ ਪੱਟਦਾ ਜਿੱਦਾਂ ਪੱਟ ਪਰ ਬਾਲ ਫੇਰ ਬਾਲ ਫੇਰ ਬਾਲ ਚੁੱਕੀਆਂ ਕਰਦੇ ਨੀ ਹੁੰਦੇ ਜਿੱਦਾਂ ਦੁਨੀਆਂ ਡਰਾਉਣੀ ਰਾਤਾਂ ਨੂੰ ਨਾ ਸਾਡੇ ਜਿੱਦਾਂ ਬਿਨਾਂ ਖਿਲਾਉਣੀ ਕਈ ਵਾਰੀ ਅੱਖਾਂ ਉੱਤੇ ਵੱਧ ਪੱਟੀਆਂ ਧਾਗੇ ਸੂਈ ਵਾਲੇ ਨੱਕੇ ਚੋਂ ਪੁਰਾਣੇ ਪੈਂਦੇ ਨੇ ਵੀ ਐਵੇਂ ਲੋਕੀ ਰਹਿੰਦੇ ਤੇ ਪੁੱਤੇ ਦੇ ਡਿੱਗਦੇ ਵੀ ਡਿੱਗ ਡਿੱਗੇ ਆਉਂਦੇ ਨੀ ਲਿਆਉਣੇ ਪੈਂਦੇ ਨੇ ਇੱਕ ਬਾਲ ਹੋਇਆ ਤੇ ਕਦੇ ਇੱਕ ਬਾਲ ਹੋਇਆ ਹਾਲੇ ਤੱਕ ਬਾਲ ਵੀ ਇੱਕ ਹੀ ਹੋਇਆ ਵੀ ਰਨ ਤੱਕ ਚਾਰ ਕਰੇ ਵਾਧੂ ਆ ਗਏ ਆ ਔਰ ਪੈਂਦੀ ਬਾਲ ਦੇ ਖੇਡ ਮੈਦਾਨ ਵਿੱਚ ਇਹਨੂੰ 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 ਕਦੇ ਆ ਰਹੀ ਸਾਹਮਣੇ ਨਹੀਂ ਲੱਗੀ ਇਹਦੀ ਬਾਲ ਦਿਖੀ ਨਹੀਂ ਮੈਨੂੰ ਲੱਗਦਾ ਦਿਖੀ ਨਹੀਂ ਦਿਖੀ ਨਹੀਂ ਇੱਕ ਤੋਂ ਦੋ ਟੀਕੇ ਵੀ
ਵੀ ਦਿੱਤੀ ਆ ਪਰ ਦੋ ਤੇ ਰਹਿਣਾ ਬਣੂਗਾ ਦੋ ਤੇ ਰਹਿਣਾ ਬਣੂਗਾ ਦੋ ਰਨ ਬੜੀ ਜਲਦੀ ਦੇ ਨਾਲ ਬਣੇ ਭੱਜ ਕੇ ਪੂਰੇ ਕਰ ਲਓ ਲਾਓ ਸਾਹਮਣੇ ਗੇਮ ਦੇ ਮੈਦਾਨ ਵਿੱਚ ਹੋਣੇ ਦੋ ਰਨ ਆਪਣੀ ਟੀਮ ਨੂੰ ਜ਼ੋਰ ਦਿੰਦੇ ਆ ਵੀ ਮੁੰਡਾ ਤੈਨੂੰ ਸਾਹਮਣੇ ਮਜੇ ਦੇ ਆਪਣੀ ਟੀਮ ਦੀ ਦੋ ਰਨ ਦੇ ਵਾਧੇ ਕਰ ਦਿੱਤੇ ਆ ਹੁਣ ਇਸ ਵੇਲੇ ਸਾਹਮਣੇ ਮਿਲ ਗਏ ਵਰਧਮਾਨ ਨਗਰ ਤੇ ਨਿਊ ਸ਼ਿਮਲਾਪੁਰ ਦੀ ਟੀਮ ਆਪਣੇ ਸਾਹਮਣੇ ਆ ਆਹ ਮੁੰਡਾ ਵਰਧਮਾਨ ਨਗਰ ਦੀ ਟੀਮ ਜਿਹੜਾ ਬਾਲਾ ਪਾ ਰਿਹਾ ਤੇ ਸਾਹਮਣੇ ਮੁੰਡਾ ਕਹਿੰਦੇ ਨਿਊ ਸ਼ਿਮਲਾਪੁਰ ਵਾਲਾ ਔਰ ਕਹਿੰਦੇ ਛੋਟੀ ਬਾਗ ਦੀ ਫਿਰ ਲੋਹੀ ਤੇ ਪਾ ਦਿੱਤੀ ਆ ਲਾ ਵੀ ਲੋਹੀ ਤੇ ਕਿੱਥੇ ਪਿਆਰੀ ਆਹ ਮੁੰਡਾ ਮਣੀ ਨਾਮ ਦਸ ਮਿੰਟ ਤਿੰਨ ਜਾਂ ਦਸ ਮਿੰਟ ਆਊਟ ਹੋ ਗਿਆ ਦੋ ਸੌ ਰੁਪਏ ਕਹਿੰਦੇ ਸੀ ਸਾਹਮਣੇ ਪੰਜ ਜੇ ਭੱਜ ਦਿੱਤਾ ਜਾਏਗਾ ਜੇ ਦਸ ਮਿੰਟ ਆਊਟ ਹੁੰਦਾ ਨਾ ਜੇ ਦਸ ਮਿੰਟ ਫੇਲ ਹੁੰਦਾ ਨਾ ਅਨੀਕੇਤ ਭਾਜੀ ਵੱਲੋਂ ਸੌ ਰੁਪਏ ਦਾ ਮਾਨ ਸਨਮਾਨ ਜਿਹੜਾ ਕਿਤੇ ਕਰਦਾ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਪੈਂਤੀ ਪਾਲ ਦੇ ਮੁੰਡੇ ਨੇ ਸਮਾਂ ਦੇ ਲਈ ਤਿਆਰ ਮਿਲ ਤਿਆਰ ਲੋਹੀ ਦੀ ਪਾਲ ਹੋਵੇਗੀ ਮਨੀ ਦੇ ਸਮਾਂ ਕਰਨਾ ਪਊਗਾ ਮੁੰਡਾ ਖੇਚੋ ਪਿਆਰੀ ਨੌਜਵਾਨਾ ਖੇਚੋ ਪਿਆਰੀ ਨੌਜਵਾਨਾ ਖੇਚੋ ਪਿਆਰੀ ਨੌਜਵਾਨਾ ਪੈਂਤੀ ਸੀ ਪਾਲ ਦੇ ਸਮੇਂ ਇੱਕ ਰਨ ਦੇ ਨਾਲ ਸਾਹਮਣਾ ਕਰਨਾ ਹੋਊਗਾ ਇੱਕ ਰਨ ਦੇ ਨਾਲ ਦੱਸੀ ਬੱਚ ਕਿੰਨੀਆਂ ਬੋਲਾਂ ਹੋਣੀਆਂ ਚਾਰ ਉਹਨੇ ਦੀ ਬੋਲਾਂ ਚਾਰ ਉਹਨੇ ਦਾ ਬਾਕੀ ਪੰਜ ਹੋ ਗਈ ਹੈਲੋ ਹਾਂਜੀ ਬਾਪਾ ਮੇਰੀ ਪਹਿਲਾਂ ਹੀ ਵਧੀਆ ਵਧੀਆ ਤੁਸੀਂ ਸੁਣਾਓ ਕਿੱਦਾਂ ਸਿਹਤ ਠੀਕ ਆ ਹੁਣ ਲਾਓ ਸਾਹਮਣੇ ਫਿਰ ਦੇ ਬਣਾਤੀ ਚਾਰ ਰੁਪਏ ਨਾਲ ਫਿਰ ਦੀ ਸਮਾਪਤੀ 18 ਰੁਪਏ ਦੀ ਕੀ ਕਰਾਣਾ ਹੈ ਸੀਗੇ ਦਵਾਈ ਦੋਈ ਲੈਣਾ ਅੱਛਾ ਸਾਹਿਬ ਜਿਹੜੀ ਪਲਾਨ ਤੇ ਅਸੀਂ ਕਲੀਅਰ ਕਰੇ ਵੀ ਕਾਹਦੀ ਪਲਾਨ ਤੇ ਅੱਛਾ 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 40 ਦੇ ਵਿੱਚ ਨਾਲੇ ਉੱਥੇ ਹਸਪਤਾਲ ਹੁੰਦਾ ਵਾ ਦੋ ਰੁਪਏ ਕਿੱਥੇ ਗਏ ਆ ਠੀਕ ਹੈ ਜੀ ਸਕੋਰ ਪਿੱਛੇ ਚ ਸਕੋਰ ਵੀ ਬਹੁਤ ਹੈ ਦੇਖ ਕੇ ਮਨੀ ਨੂੰ ਵੀ ਥੋੜਾ ਸਮਝਾ ਪਤਾ ਲੱਗ ਗਿਆ
ਕੇ ਵੀ ਕਰਨਾ ਪੈਣਾ ਭਰਾ ਦੋ ਚੀਜ਼ ਦਾ ਬਹੁਤ ਪਹਿਲਾਂ ਕਰ ਚੁੱਕੇ ਹੁੰਦੇ ਹਾਂ ਲੇਕਿਨ ਉਹਨੂੰ ਉਹਦਾ ਬੈਨੀਫਿਟ ਜਿਹੜਾ ਹੈ ਨਾ ਉਹ ਬਾਅਦ 'ਚ ਲੈਣਾ ਸ਼ੁਰੂ ਕਰਦੇ ਹਾਂ ਕਿ ਜਦੋਂ ਲੋਕਾਂ ਦਾ ਗਲਤ ਹੋਊਗੀ ਮਤਲਬ ਠੀਕ ਹੈ ਚਾਹੇ ਅਸੀਂ ਹਰ ਦੂਜੇ ਮਹੀਨੇ ਕਚਰਾ ਕੋਈ ਕਰ ਨਹੀਂ ਸਕਦਾ ਕਿਉਂਕਿ ਸਾਡੇ ਕੋਲ 10 ਬੱਚੇ ਲੈ ਕੇ 5 ਕਚਰਾ ਨਹੀਂ ਕਰਦੇ ਬੱਚੇ ਆਪਣਾ ਜਿਹੜਾ ਲਾਲ ਸਾਹਮਣੇ ਖੇਡ ਦੇ ਮੈਦਾਨ ਵਿੱਚ ਵੱਡਾ ਫਰਜ਼ੀ ਤੇ ਮੇਰੇ ਦੇ ਸਾਹਮਣੇ ਗੱਲੀ ਤਿਆਰ ਬੋਲਦੇ ਆ ਅੰਪਾਇਰ ਦੇ ਇਸ਼ਾਰੇ ਨੂੰ ਆ ਫਰੀਦ ਦੇ ਇਸ਼ਾਰੇ ਜਿਹੜੇ ਕਰਦੇ ਮੁੰਡੇ ਦੌਰੇ ਵਿੱਚ ਨੇ ਤੇ ਬੋਲਣ ਫਿਰਦੇ ਬੜੇ ਆ ਦੱਸਿਓ ਜੀ ਕਿੱਥੇ ਦੀ ਗੱਲ ਮੁੱਕੀ ਹੈ ਉਹ ਕਿੱਥੇ ਗਿਆ ਔਰ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਬੋਲਣ ਪਾਉਣ ਲਈ ਤਿਆਰ ਬੋਲਦੇ ਆ ਸਿੱਧੂ ਵਰਮਾ ਦਾ 32 ਰਨ ਸੀ ਜੀ ਬਾਹਰ ਕਰ ਲਏ ਇਤਰਾ ਜੀ ਕੋਈ ਸੀ ਹਰਕੀਰ ਦੇ ਖੜੇ ਸ਼ਾਟ ਦੇ ਪਿੱਛੇ ਸੁਨੀਲ ਇੱਕ ਕੈਚ ਦਾ ਡ੍ਰੌਪ ਹੋ ਚੁੱਕਾ ਤੇ ਦੋਨਾਂ ਦੀ ਨਜ਼ਰ ਆ ਗਈ ਸੀ ਦੋ ਬੰਦ ਤੇ ਫਰੀਦ ਸੀ ਤੇ ਰੱਡ ਜਿਹੜੇ ਦੋ ਜੁੜ ਦੇ ਨਜ਼ਰ ਆ ਨੌਜਵਾਨ ਦੋ ਰਨ ਜਿਹੜੇ ਜ਼ਰੂਰ ਯਕੀਨਨ ਤੌਰ ਤੇ ਹੋਣਗੇ ਇੱਕ ਵੱਡਾ ਮੈਚ ਦੇ ਖੜੇ ਹੋਰ ਦੋਨਾਂ ਟੀਮਾਂ ਦਰਮਿਆਨ ਔਰ ਕਿਤੇ ਸਾਹਮਣੇ ਮੇਰੇ ਵੀ ਇੱਕ ਵਾਰ ਇੱਕ ਪਾਸੇ ਵਰਧਮਾਨ ਦੇ ਦੂਜੇ ਪਾਸੇ ਜੋ ਸ਼ਿਮਲਾਪੁਰ ਦੀ ਸੀਮਾ ਹੈ ਔਰ ਜਿਹੜੀ ਚੋਟੀ ਦੇ ਮੈਦਾਨ ਜਿਹੜੇ ਖੜੇ ਜਾ ਰਹੇ ਹਨ ਇੱਕ ਬੈਟ ਬਰਸਰ ਦੇ ਚੋਟੀ ਦੇ ਮੈਦਾਨ ਜਿਹੜੇ ਦੋਨਾਂ ਟੀਮਾਂ ਦਰਮਿਆਨ ਖੜੇ ਜਾ ਰਹੇ ਹਨ ਲਾਲ ਸਾਹਮਣੇ ਜਿਹੜੇ ਖੇਡ ਦੇ ਮਨੀ ਹੈ ਸਾਹਮਣੇ ਬਾਬੀ ਮਨੀ ਸਕੋਰ ਦਾ ਖੜਾ ਮੇਰੇ ਮਿੱਤਰਾ ਬੱਲੇ ਚੋਂ ਰਨ ਨਿਕਲੋ ਦੁਨੀਆ ਨੇ ਕਹਿੰਦਾ ਮਨੀ ਮਾੜਾ ਹੋ ਗਿਆ ਵੀ ਮਨੀ ਮਾੜਾ ਹੋ ਗਿਆ ਮਨੀ ਰਨ ਤਾਂ ਬਣਾਉਣੇ ਪੜੇ ਆ ਉੱਧਰ ਕਹਿੰਦੇ ਪਾਡਾ ਜਿਹੜਾ ਸਨਮਾਨ ਜਿਹੜਾ ਕੀਤੇ ਜਾਣਾ ਤੇ ਚੌਕ ਸ਼ੈਦਾ ਲੱਗ ਜਾਏ ਨੰਦ ਭਾਜੀ ਨੇ ਵੱਡਾ ਸਨਮਾਨ ਕਰਨਾ ਤੇਰਾ ਨੌਜਵਾਨ ਪਰ ਮੈਂ ਵੀ ਫੁੱਟਬਾਲ ਦੇ ਮੁੰਡੇ ਨੂੰ ਖੇਡਿਆ ਸ਼ਾਟ ਤੇ ਦੇਖਣ ਦੇ ਕਿਹਾ ਫਿਰ ਬੋਲ ਬੁਲਾਇਆ ਤੇ ਮੈਨੂੰ ਲੱਗਦਾ ਵੀ ਆਹ ਸੋਹਣੀ ਫੀਲਡ ਮੁੰਡੇ ਨੇ ਕਰ ਦਿੱਤੀ ਹੈ ਤੇ ਸੋਹਣੀ ਫੀਲਡ ਜਿਹੜੀ ਕਰਦੀ ਹੈ ਸਾਊਂਡ ਵਾਲੇ ਵੀਰ ਦਾ ਧੰਨਵਾਦ ਹੈ ਵੀ ਜਿਹਦੀ ਬਜਾਓ ਤੇ ਸਾਡੇ ਵੱਲ ਤੁਹਾਡੇ ਕੰਨਾਂ ਤੱਕ ਜਾ ਰਹੀ ਹੈ ਕਿ ਦੋ ਬੱਚਿਆਂ ਨੂੰ ਜੋਰ ਸਪੀਕਰ ਲੱਗਣੇ ਨੇ ਵੀ ਜਿਹੜੇ ਬਾਜੇ ਬੱਜ ਕੇ ਮੁੜ ਕੇ ਬੱਜਣੇ ਨੇ ਵੀ ਮਾਨਕ ਹੱਥ ਪਕਾ ਕੇ ਗਾ ਕੇ ਚੱਲੀਆਂ ਵੀ ਵੀ ਮੁੜ ਮੁੜ ਯਾਦ ਸਤਾਵੇ ਪਿੰਡ ਦੀ ਗਲੀਆਂ ਦੀ ਵੀ ਮੁੜ ਮੁੜ ਯਾਦ ਸਤਾਵੇ ਪਿੰਡ ਦੀ ਗਲੀਆਂ ਦੀ ਪੈਂਤੀ ਬਾਲ ਦੇ ਮੁੰਡੇ ਨੇ ਟਰਾਈ ਕੀਤੀ ਆ ਪਰ ਉਹ ਦਿਖਾ ਦੇ ਸਾਡਾ ਖੇਡ ਦੇ ਮੈਦਾਨ ਵਿੱਚ ਵੀ ਇੱਕ ਰਨ ਜਿਹੜਾ ਜੁੜਦਾ ਨਜ਼ਰ ਆ ਰਿਹਾ ਵੀ ਇੱਕ ਟਿੱਕੇ ਕੇ ਟਿੱਕੇ ਕੇ ਨਾਲ ਨਹੀਂ ਕੁਝ ਬਣਦਾ ਵੀ ਕੁਝ ਭਾਵੇਂ ਬੋਲਾ ਯਾਰ ਲੱਖ ਪੈਂਦੀਆਂ ਵੀ ਗੱਲ ਛੱਕਿਆ ਤੇ ਮੁੱਕਰੀ ਆ ਵੀ ਗੱਲ ਸਾਰੀ ਛੱਕੇ ਤੇ ਮੁੱਕਰੀ ਆ ਗੱਲ ਸਾਰੀ ਛੱਕੇ ਤੇ ਮੁੱਕਰੀ ਆ ਨੌਜਵਾਨ ਕਰੋ ਤਿਆਰੀ ਤਿਆਰੀ ਕਰੋ ਨੌਜਵਾਨਾਂ ਵੀ ਛੱਕੇ ਤਾਂ ਮਾਰ ਨੇ ਬੜਿਆ ਉਹਨੇ ਤਿਆਰੀ ਕੀਤੀ ਆ ਪੈਂਦੀ ਬਾਲ ਦੇ ਪਿੱਛੇ ਸਰਦਾਰ ਮੇਰੇ ਵੀਰੋ ਸਾਹਮਣਾ ਕਰ ਲਈ ਤਿਆਰ ਬੋਲ ਤਿਆਰ ਹਰਮਨ ਨੇ ਟਰਾਈ ਕੀਤੀ ਆ ਔਰ ਜਿਹੜੇ ਇੱਕ ਰਨ ਵੱਧ ਜਿਹੜੇ ਜ਼ਰੂਰ ਤੇ ਯਕੀਨਨ ਤੌਰ ਤੇ ਹੋਣਗੇ ਨੌਜਵਾਨਾਂ ਵੀ ਇੱਕ ਰਨ ਵੱਧ ਜਿਹੜੇ ਜ਼ਰੂਰ ਹੋਣਗੇ ਦੱਸੋ ਵੀ ਕਿੰਨੀਆਂ ਬੋਲਾਂ ਬਾਕੀ ਹੋ ਵੀਰੋ ਇੱਕ ਵਾਰ ਜ਼ਰੂਰ ਦੱਸੋ ਔਰ ਸਾਹਮਣੇ ਖੇਡ ਮੈਦਾਨ ਵਿੱਚ ਬੋਲਾਂ ਪਾਉਣ ਲਈ ਨੰਬਰ ਤਿਆਰ ਬਣੋ ਇੱਕ ਬਾਲ ਬਾਕੀ ਇੱਕ ਬਾਲ ਬਾਕੀ ਸੋਬਰ ਦੀ ਵੀ ਜਿਹੜਾ ਬਾਲਵਰ ਪਾਉਣ ਲਈ ਤਿਆਰ ਬੋਲ ਤਿਆਰ ਤੇ ਪੈਂਦੀ ਬਾਲ ਦੇ ਸਾਹਮਣੇ ਬੰਦਾ ਇਸ਼ਾਰੇ ਪਰਾਂ ਦੇ ਬਾਹਰ ਹੋ ਗਏ ਲਾਉ ਵਾਈਡ ਬਾਲ ਹੈ ਤੇ ਬਾਲ ਜਿਹੜੀ ਦੁਬਾਰਾ ਪਾਉਣੀ ਪਵੇਗੀ ਅਪਾਰਾ ਵੀਰੋ ਜੀ ਧੰਨਵਾਦ ਹੈ ਵੀ ਜਿਨ੍ਹਾਂ ਨੇ ਵੱਡੀ ਸੇਵਾਵਾਂ ਨਿਭਾਈਆਂ ਨੇ ਸਾਰੇ ਪ੍ਰਬੰਧਕ ਕਮੇਟੀ ਦਾ ਅਨੀਸ਼ ਭਾਜੀ ਦਾ ਰਾਜ ਭਾਜੀ ਦਾ ਮੈਡਮ ਪ੍ਰੀਤੀ ਜੀ ਤੇ ਆਪਣੇ ਟੀਮਾਂ ਲੈ ਕੇ ਜਿੰਨੇ ਸਾਡੇ ਵੀਰ ਪੁੱਜੇ ਧੰਨਵਾਦ ਸਾਰੀਆਂ ਦਾ ਸਾਰੇ ਜਿੰਨੇ ਵੀ ਇੰਸਟੀਚਿਊਟ ਸਾਡੇ ਪੁੱਜੇ ਸਾਰਿਆਂ ਦਾ ਧੰਨਵਾਦ ਲਓ ਵਾਈਡ ਬਾਲ ਇੱਕ ਵਾਧੂ ਰਨ ਜਿਹੜਾ ਜੁੜਦਾ ਨਜ਼ਰ ਆ ਰਿਹਾ ਇੱਕ ਵਾਧੂ ਰਨ ਤੇ ਵਾਧੂ ਬਾਲ ਜਿਹੜੀ ਜੁੜਦੀ ਨਜ਼ਰ ਆ ਰਹੀ ਹੈ ਔਰ ਖੇਡ ਦੇ ਮੈਦਾਨ ਦੇ ਵਿੱਚ ਲਓ ਆਖਰੀ ਬਾਲ ਹੈ ਤੇ ਮੁੰਡਾ ਪਾਉਣ ਲਈ ਤਿਆਰ ਬਰਖਿਆ ਤਿਆਰ ਖਿੱਚ ਤਿਆਰੀ ਨੌਜਵਾਨਾਂ ਤਿਆਰੀ ਖਿੱਚ ਨੌਜਵਾਨਾਂ ਇਸ ਵੇਲੇ ਬਾਲ ਜਿਹੜੀ ਨੋ ਹੈ ਨੋ ਬਾਲ ਨੋ ਬਾਲ ਫਰੀ ਹਿੱਟਾ ਲੱਗੇ ਮਿੱਤਰ ਇੱਥੇ ਮੈਚ ਬਣ ਗਿਆ ਵੀ ਜੇ ਕਿਤੇ ਤੂੰ ਇੱਥੇ ਸਕੋਰ ਬਣਾ ਦੇਣਾ ਬੱਲੇ ਦੇ ਨਾਲ ਵੀ ਲਾਉਣੀ ਜ਼ਰੂਰੀ ਹੈ ਵੀ ਸਾਰੇ ਰਨ ਬਾਈ ਦਾ ਜਾਂ ਦੋ ਦੇ ਨਾਲ ਨਹੀਂ ਬਣਨੇ ਤੇ ਬੱਲੇ ਦੇ ਨਾਲ ਲਾਉਣੀ ਵੀ ਜ਼ਰੂਰੀ ਹੈ ਬੱਲੇ ਦੇ ਨਾਲ ਲਾਉਣੀ ਵੀ ਜ਼ਰੂਰੀ ਹੈ ਵੀ ਆਹ ਗੱਲਾਂ ਜਿਹੜੀਆਂ ਸੱਚੀਆਂ ਨੇ ਹੋਏਗੀ ਪਰ ਆਖਰੀ ਬਾਲ ਮੁੰਡਾ ਪਾਉਣ ਲਈ ਤਿਆਰ ਬੱਤਿਆਰ ਫਰੀ ਹਿੱਟ ਇੱਕ ਸੋਹਣੀ ਬਾਲ ਦੇ ਨਾਲ ਜਿਹੜੀ ਓਵਰ ਦੀ ਸਮਾਪਤੀ ਆ ਦੱਸੀ ਬਈ 39-40 ਰਨ ਹੋ ਗਏ ਜੀ ਦੱਸੋ 39 ਰਨ ਹੋ ਗਏ 19 ਰਨ ਜਿਹੜੇ ਬਾਕੀ ਆ 6 ਬਾਲਾਂ 'ਚ 19 ਰਨ ਬਾਕੀ ਆ ਵੀ 3 ਛੱਕਾ ਵੀ ਫੇਰ ਬਾਕੀ ਆ ਨੌਜਵਾਨਾਂ ਵੀ 6 ਬਾਲਾਂ 'ਚ 19 ਰਨ ਬਾਕੀ ਆ 6 ਬਾਲਾਂ 'ਚ 19 ਰਨ ਬਾਕੀ ਆ 6 ਬਾਲਾਂ ਤੇ ਰਨ ਜਿਹੜੇ 19 ਬਾਕੀ ਆ ਨੌਜਵਾਨਾਂ ਤਿਆਰੀ ਕਰਦੇ ਖਿੱਚੋ ਮੁੰਡਿਆ ਤਿਆਰੀ ਖਿੱਚੋ ਤਿਆਰੀ ਖਿੱਚੋ ਮੁੰਡਿਆ ਔਰ ਅਗਲੇ ਜਿੱਤਣ ਦੇ ਲਈ ਨਿਊ ਸ਼ਿਮਲਾਪੁਰ ਦੀ ਟੀਮ ਦੇ ਜਿਹੜੇ 19 ਰਨ ਕਵਰ ਦੇ ਵਿੱਚ ਬਾਕੀ ਆ ਕਾਡਾ ਬਰਕਾ ਮੈਂ ਆਇਆ
ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ 19-56 ਬਾਲਾਂ ਦੇ ਵਿੱਚ ਸੁਨੀਲ ਦੀ ਬਾਲ ਹੋ ਗਈ ਇਸ ਬੜੀ ਹਰਕੀਰਤ ਨੇ ਸਾਹਮਣਾ ਕਰਨਾ ਲਾਗੂ ਹਰਕੀਰਤ ਤੂੰ ਮਾਰ ਸਕਦਾ ਹਰਕੀਰਤ ਤੂੰ ਤਗੜਾ ਹੈ ਤੂੰ ਮਾਰ ਸਕਦਾ ਨੌਜਵਾਨ ਮਾਰ ਸਕਦਾ ਮਾਰਨੇ ਤਾਂ ਪੈਣੇ ਆ ਜੇ ਮੈਂ ਜਿੱਤਣਾ ਤਾਂ ਰਨ ਮਾਰਨੇ ਪੈਣੇ ਬਣਾਉਣੇ ਪੈਣੇ ਰਨ ਬਣਾਉਣੇ ਪੈਣੇ ਆ ਮਿੱਤਰ 19 ਰਨਾਂ ਇੱਕ ਦੋ ਤਾਂ ਮੈਨੂੰ ਲੋਹ ਦੇ ਵਾਈਡ ਦੇ ਵੀ ਆ ਜਾਣੇ ਆ ਇੱਕ ਦੋ ਤਾਂ ਇੱਧਰੋਂ ਉੱਧਰੋਂ ਵੀ ਆ ਜਾਣੇ ਆ ਮੈਂ ਤੈਨੂੰ ਦੱਸਿਆ ਛੱਡੇ ਤਿੰਨ ਆਏ ਤਿੰਨ ਛੱਡੇ ਆ ਨੌਜਵਾਨ ਤਿੰਨ ਛੱਡੇ ਬਣਾਉਣੇ ਜ਼ਰੂਰੀ ਹੈ ਹਨੀਸ਼ ਭਾਜੀ ਬਸ ਜ਼ਰੂਰ ਕਲੀਅਰ ਕਰੀਏ ਵੀ ਕੀ ਆ ਆਪਾਂ ਕਲੀਅਰ ਜ਼ਰੂਰ ਕਰੀਏ ਕਲੀਅਰ ਜ਼ਰੂਰ ਕਰੀਏ ਯਾਰ ਲੋਕੇਸ਼ਨ ਗਲਤ ਜਾ ਰਹੀ ਹੈਗੀ ਆ ਯਾਰ ਕੀ ਕਹਿੰਦੇ ਆ ਨੂਰ ਵਾਲਾ ਕ੍ਰਿਕਟ ਗਰਾਊਂਡ ਕਿਸ ਤੇ ਪੁੱਛ ਕੇ ਆ ਗਿਆ ਨਾ ਸ਼ੋਟ ਲਗਾਈ ਡੱਕ ਦੀ ਨਾ ਕਰੀ 19 ਰਨ ਚਾਹੀਦੇ ਡੱਕ ਨਾ ਕਰੀ ਠੀਕ ਹੈ ਹਰਕੀਰ ਤੂੰ ਤਗੜਾ ਹੈ ਤੂੰ ਮਾਰ ਸਕਦਾ ਹਰਕੀਰ ਤੂੰ ਮਾਰ ਸਕਦਾ ਹਰਕੀਰ ਤੂੰ ਬਣਾ ਸਕਦਾ ਮੈਂ ਬੇਨਤੀ ਕਰਦਾ ਅਗਲੇ ਟੀਮਾਂ ਦੀ ਤਿਆਰੀ ਖਿੱਚ ਲੈਣਾ ਅਨੀਸ਼ ਭਾਜੀ ਅਗਲੇ ਟੀਮਾਂ ਦੀ ਤਿਆਰੀ ਕਰਵਾ ਦਈਏ ਪੰਜ ਦੀ ਟੀਮਾਂ ਨੇ ਉਹਨਾਂ ਨੂੰ ਤਿਆਰੀ ਕਰਵਾ ਦਿਓ ਲਾਊ ਸਾਹਮਣੇ ਖੇਡ ਦੇ ਬਾਅਦ ਪੰਜ ਬੋਲਾਂ 'ਚ 13 ਰਹਿ ਗਏ ਇਸ ਵਾਰੀ ਮੁੰਡਾ ਟਰਾਈ ਦਿੱਤੀ ਹੈ ਜਾਂ ਵੀ ਦੂਜੇ ਦੀ ਟਰਾਈ ਮਿੱਤਰਾਂ ਜ਼ਰੂਰ ਕਰਨੀ ਪਵੇਗੀ ਇੱਕ ਤੋਂ ਦੂਜੇ ਦੀ ਮੰਗ ਹੈ ਪਰ ਇਸ ਦੇ ਦੋ ਰਨ ਜਿਹੜੇ ਜ਼ਰੂਰ ਜੁੜਦੇ ਨਜ਼ਰ ਆਉਣਗੇ ਹੁਣ ਚਾਰ 'ਚ 11 ਰਹਿ ਗਏ ਨੌਜਵਾਨ 4-11 ਰਹਿ ਗਏ ਪਿੱਛੋਂ ਦੇ ਰਨ ਵਿੱਚ ਜੂਜ ਦੇ ਬਹੁਤ ਤਲਵਾਰ ਇਸ ਡਾਢੇ ਦੇ ਹੱਥ ਹੁੰਦੀਆਂ ਜਿੱਤਾਂ ਦੇ ਸਾਰ ਉਸ ਡਾਢੇ ਦੇ ਹੱਥ ਹੁੰਦੀਆਂ ਜਿੱਤਾਂ ਦੇ ਸਾਰ ਉਸ ਵੇਲੇ ਖੇਡ ਦੇ ਮੈਦਾਨ ਵਿੱਚ ਰੱਬ ਜਿਹੜੇ ਮਿੱਤਰ ਇੱਕ ਤੋਂ ਦੋ ਦੇ ਬਾਅਦ ਹੋਰ ਦੇ ਨੌ ਰਹਿ ਗਏ ਤਿੰਨ 'ਚ 9 ਰਹਿ ਗਏ ਆ ਗਏ ਮਿੱਤਰਾਂ 3-9 ਰਹਿ ਗਏ ਖੇਡੋ ਤਿਆਰੀ ਮੁੰਡਿਆਂ ਤਿਆਰੀ ਖੇਡੋ ਮੁੰਡਿਆਂ ਬਾਊਂਡਰੀ ਦੇ ਗੱਲ ਮੁੱਕਣੀ ਸਰੇ ਗੱਲ ਸਰੇ ਬਾਊਂਡਰੀ ਦੇ ਮੁੱਕਣੀ ਆ ਲਾਓ ਸਾਹਮਣੇ 2 ਬੋਲਾਂ 'ਚ 9 ਰਹਿ ਗਏ ਤੂੰ 1 ਬਾਲ ਪਾਉਣੀਆਂ ਤੂੰ 2 ਬਾਊਂਡਰੀ ਲਾਉਣੀਆਂ ਮਿੱਤਰਾਂ ਤੂੰ 1 ਬਾਲ ਪਾਉਣੀ ਤੈਨੂੰ 2 ਬਾਊਂਡਰੀ ਲਾਉਣੀ ਪੜੀਆਂ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ 35 ਬੋਲਾਂ ਦੇ ਸਾਹਮਣੇ ਸੋਲੇ 9 ਰਨ ਬਾਕੀ ਨੌਜਵਾਨ ਇੱਕ ਤਾਂ ਦੂਜੇ ਦੀ ਵੱਧ ਹੈ ਦੋ ਦੇ ਨਾਲ ਵੀ ਮਿੱਤਰ ਇੱਕ ਛੱਡਾ ਹੈਗਾ ਤਾਂ ਜੋ ਜਿਹੜੀ ਬਰਾਬਰੀ ਹੋ ਜਾਣੀ ਆ ਛੱਡੇ ਤੇ ਵੀ ਬਰਾਬਰੀ ਹੋਣੀ ਆ ਲਾਓ ਸਾਹਮਣੇ 1-7 ਰਹਿ ਗਏ ਆ ਜੇ ਛੱਡਾ ਆ ਗਿਆ ਤਾਂ ਵੀ ਬਰਾਬਰੀ ਰਹਿਣੀ ਹੈ ਤਾਂ ਵੀ ਬਰਾਬਰ ਫਿਰ ਗੱਲ ਸੁਪਰ ਓਵਰ ਤੇ ਆ ਜਾਣੀ ਹੈ ਵੀ ਸੁਪਰ ਓਵਰ ਦੀ ਗੱਲ ਮੁੱਕਣੀ ਆ ਫਿਰ ਗੱਲ ਸੁਪਰ ਓਵਰ ਤੇ ਮੁੱਕਣੀ ਹੈ ਲਾਓ ਦੇ ਫਾਈਟ ਹੋ ਗਈ ਜਾਂ 2 ਬਸ ਹੋ ਗਈ ਜੇ ਬਾਊਂਡਰੀ ਆ ਗਈ ਫਿਰ ਗੱਲ ਹੋਰ ਹੋ ਜਾਣੀ ਹੈ ਫਿਰ ਗੱਲ ਹੋਰ ਹੋ ਜਾਣੀ ਨੌਜਵਾਨ ਲਾਓ ਸਾਹਮਣੇ ਪੈਂਦੀ ਬਾਤ ਜਿੱਤ ਦੀ ਟੀਮ ਵੱਡੀ ਮੁਬਾਰਕ ਦਾ ਰਹੀ ਵਰਧਮਾਨ ਦੀ ਟੀਮ ਨੂੰ